ਹਾਂਜੀ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਚੱਲ ਰਿਹਾ ਡਰਾਈਵ ਬੈਕ ਐਂਡ ਗੱਲਬਾਤ ਚੱਲ ਰਹੀ ਆ ਜੀ ਲਵ ਦੀ ਪਿਆਰ ਦੀ ਤੇ ਜਦੋਂ ਮਿਲਾ ਦਈਏ ਲਵ ਪੰਜਾਬ ਦੀ ਤੇ ਇਸ ਵਕਤ ਸਾਡੇ ਨਾਲ ਔਨ ਏਅਰ ਨੇ ਲਵ ਪੰਜਾਬ ਦੇ ਡਾਇਰੈਕਟਰ ਰਾਜੀਵ ਢਿੰਗਰਾ ਜੀ ਗੱਲਬਾਤ ਦਾ ਸਿਲਸਿਲਾ ਉਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ ਸੋ ਹਾਂਜੀ ਢਿੰਗਰਾ ਸਾਹਿਬ ਇੱਕ ਵਾਰੀ ਫਿਰ ਤੁਸੀਂ ਔਨ ਏਅਰ ਹੋ ਹਾਂਜੀ ਹਾਂਜੀ ਬਿਲਕੁਲ ਜੀ ਕਲੀਅਰ ਨਾਈਸ ਸਾਊਂਡ ਤੁਹਾਨੂੰ ਠੀਕ ਆ ਰਹੀ ਆਵਾਜ਼ ਹੁਣ ਠੀਕ ਹੈ ਜੀ ਚਲੋ ਚਲੋ ਖੈਰ ਕੋਈ ਗੱਲ ਨੀ ਹੋ ਜਾਂਦਾ ਜੀ ਜੀ ਚਲੋ ਪਹਿਲਾਂ ਤੇ ਢਿੰਗਰਾ ਸਾਹਿਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਲਵ ਪੰਜਾਬ ਦੇ ਲਈ ਤੁਹਾਡੀ ਪਹਿਲੀ ਫਿਲਮ ਹੈ ਜੀ ਔਰ ਸਾਡੇ ਲਈ ਮਾਣ ਵਾਲੀ ਗੱਲ ਆ ਕਿ ਤੁਸੀਂ ਇਹ ਜਿਹੜੀ ਫਿਲਮ ਲੈ ਕੇ ਆਏ ਹੋ ਟ੍ਰੇਲਰ ਲਈ ਜਿਹਨੂੰ ਇੰਨਾ ਪਿਆਰ ਮਿਲ ਰਿਹਾ ਉਹਦੇ ਲਈ ਤੁਹਾਨੂੰ ਕੰਗਰੈਟਸ ਠੀਕ ਹੈ ਜੀ ਪਹਿਲੀ ਫਿਲਮ ਲਈ ਤੁਹਾਨੂੰ ਕੰਗਰੈਟਸ ਤੁਸੀਂ ਇਸ ਫਿਲਮ ਤੋਂ ਕੀ ਸੰਤੁਸ਼ਟ ਹੋ ਜੋ ਤੁਸੀਂ ਚਾਹੁੰਦੇ ਸੀ ਫਿਲਮ ਤੋਂ ਤੁਹਾਨੂੰ ਲੱਗਦਾ ਕਿ ਤੁਸੀਂ ਉਹ ਚੀਜ਼ ਬਣਾਈ ਹੈ ਆਪਾਂ ਜੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਬਹਿ ਕੇ ਗੱਲ ਕਰ ਲਈਏ ਕੋਈ ਸ਼ੁਗਰ ਲਾ ਲਈਏ ਕੋਈ ਮੁਹੱਬਤ ਕਰ ਲਈਏ ਹਨਾ ਚਾਹੇ ਸਾਡੀ ਫਿਲਮ ਦੇ ਵਿੱਚ ਉਹ ਪਿਆਰ ਪਰਿਵਾਰਕ ਆ ਉਹ ਦੇ ਆਪਣੇ ਸ਼ਹਿਰ ਆਪਣੇ ਆਪਣੀ ਰੂਟਸ ਲਈ ਪਿਆਰ ਆਪਣੇ ਪੰਜਾਬ ਲਈ ਪਿਆਰ ਆ ਐਵੇਂ ਅਸੀਂ ਲੜੀ ਜਾਂਦੇ ਹਾਂ ਐਵੇਂ ਅਸੀਂ ਕਹੀ ਜਾਂਦੇ ਹਾਂ ਇੱਕ ਦੂਜੇ ਨੂੰ ਅਸੀਂ ਐਵੇਂ ਬਲੇਮ ਕਰੀ ਜਾਂਦੇ ਉਹਨੇ ਉਹ ਕਹਿਤਾ ਤੇ ਉਹਨੇ ਆਹ ਗਲਤ ਕਰਤਾ ਆਪਾਂ ਜੇ ਬਹਿ ਕੇ ਸ਼ਾਂਤੀ ਨਾਲ ਕਿਤੇ ਸਾਹ ਲਾ ਕੇ ਵੇਖੀਏ ਤੇ ਗੱਲ ਹੀ ਕੋਈ ਨੀ ਆਪਾਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਰਹੀਏ ਤੇ ਆਪਾਂ ਆਸਟ੍ਰੇਲੀਆ ਚ ਵੀ ਉਹਨੂੰ ਤਰੱਕੀ ਕਰਾਂਗੇ ਕੈਨੇਡਾ ਚ ਵੀ ਉਹਨੂੰ ਤਰੱਕੀ ਕਰਾਂਗੇ ਤੇ ਆਪਾਂ ਪੰਜਾਬ ਚ ਵੀ ਉਹਨੂੰ ਤਰੱਕੀ ਕਰਾਂਗੇ ਬਹੁਤ ਖੂਬ ਜੀ ਇਹੀ ਸਾਡੀ ਫਿਲਮ ਹੈ ਜੀ ਪਿਆਰ ਆ ਪਰਿਵਾਰ ਦਾ ਪਿਆਰ ਆ ਹਸਬੈਂਡ ਵਾਈਫ ਦਾ ਦਾਦੇ ਪੋਤੇ ਦਾ ਪਿਆਰ ਆ ਆਪਣੇ ਪੰਜਾਬ ਦਾ ਪਿਆਰ ਆ ਤੇ ਇਹ ਗੱਲ ਆ ਵੀ ਲੜਾਈ ਬਹੁਤ ਵਧੀਆ ਗੱਲ ਨੀ ਆ ਆਪਾਂ ਪਿਆਰ ਮੁਹੱਬਤ ਨਾਲ ਚੀਜ਼ਾਂ ਨੂੰ ਸਮਝਾ ਸਕਦੇ ਹਾਂ ਜੀ ਬਿਲਕੁਲ ਜੀ ਤੇ ਇੱਕ ਜਿਹੜਾ ਟ੍ਰੇਲਰ ਦੇ ਵਿੱਚ ਆਪਾਂ ਵੇਖਦੇ ਹਾਂ ਢਿੰਗਰਾ ਸਾਹਿਬ ਟ੍ਰੇਲਰ ਦੇ ਵਿੱਚ ਜਿਹੜੀ ਅੱਜ ਕੱਲ੍ਹ ਪਰਿਵਾਰਾਂ ਦੇ ਵਿੱਚ ਤਿਰਰ ਫਿੜਰ ਜਿਹੜੀ ਚੱਲਦੀ ਆ ਤੇ ਐਂਡ ਤੱਕ ਪਹੁੰਚਦੀ ਆ ਉਹ ਥੋੜ੍ਹਾ ਜਿਹਾ ਸ਼ੋਅ ਹੋ ਰਿਹਾ ਵਾ ਟ੍ਰੇਲਰ ਦੇ ਵਿੱਚ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਸਰੋਤਿਆਂ ਨੂੰ ਉਹ ਕਿਵੇਂ ਆਇਆ ਆਈਡੀਆ ਦਿਮਾਗ 'ਚ ਬੇਸਿਕਲੀ ਜਿਹੜੇ ਸਾਡੇ ਰਾਈਟਰ ਨੇ ਉਹ ਵੀ ਆਪਣੀ ਵਾਈਫ ਨਾਲ ਥੋੜਾ ਲੜ ਪੈਂਦੇ ਨੇ ਬੇਸਿਕਲੀ ਮੈਨੂੰ ਲੱਗਦਾ ਵੀ ਰਾਈਟਰ ਨੇ ਆਈਡੀਆ ਤੋਂ ਲਿਆ ਤੇ ਰਾਈਟਰ ਨੇ ਮਤਲਬ ਆਪਣੀ ਇਨ ਸ਼ਾਰਟ ਕਹਿ ਸਕਦੇ ਕਿ ਰਾਈਟਰ ਨੇ ਆਪਣੀ ਪੜਾਸ ਕੱਢੀ ਹੈ ਆਪਣੀ ਪੜਾਸ ਕੱਢੀ ਹੈ ਉਹਨਾਂ ਦਾ ਜਿਹੜਾ ਆਪਣਾ ਪਿਆਰ ਹੈ ਹਸਬੈਂਡ ਵਾਈਫ ਦਾ ਉਹਨੇ ਉਹੀ ਪਿਆਰ ਸਾਡਾ ਫਿਲਮ ਦਿਖਾਤਾ ਜੀ ਚੰਗੀ ਗੱਲ ਇਹ ਆ ਵੀ ਬਟ ਉਹ ਤਲਾਕ ਨਹੀਂ ਲਿਆ ਉਹਨਾਂ ਨੇ ਤੇ ਇਹੀ ਫਿਲਮ ਆ ਵੀ ਹਨਾ ਤਲਾਕ ਲੈਣਾ ਅੱਜ ਕੱਲ੍ਹ ਇੰਡੀਵਿਜੁਅਲਿਜ਼ਮ ਹੈ ਜਰਦੇ ਨੀ ਆਪਾਂ ਇੱਕ ਦੂਜੇ ਦੀ ਗੱਲ ਨੂੰ ਉਹਨੇ ਥੋੜੀ ਜਿਹੀ ਗੱਲ ਕਹਿ ਦਿੱਤੀ ਤੇ ਆਪਾਂ ਕਹਿੰਦੇ ਉਹਨੇ ਏਦਾਂ ਕਿੱਦਾਂ ਕਹਿ ਦਿੱਤਾ ਜਾਂ ਉਹਨੇ ਏਦਾਂ ਕਿੱਦਾਂ ਕਹਿ ਦਿੱਤਾ ਜੀ ਅਸੀਂ ਜਰਦੇ ਸੀ ਇੱਕ ਦੂਜੇ ਨੂੰ ਪੁਰਾਣੇ ਪਿਆਰ ਵੇਖੋ ਪੁਰਾਣੇ ਗੱਲਾਂ ਵੇਖੋ ਸਾਡੇ ਰਿਸ਼ਤੇ ਹੁੰਦੇ ਸੀਗੇ ਹਨਾ ਤੇ ਤਲਾਕ ਨਾਂ ਦਾ ਸ਼ਬਦ ਨੀ ਸੀਗਾ ਕੋਈ ਵਰਡ ਨੀ ਸੀਗਾ ਕੋਈ ਸਾਡੀ ਡਿਕਸ਼ਨਰੀ ਦੇ ਵਿੱਚ ਬਿਲਕੁਲ ਪੰਜਾਬ ਦੇ ਵਿੱਚ ਹਲੇ ਵੀ ਵੈਸੇ ਹੁਣ ਤੇ ਆ ਗਿਆ ਪੰਜਾਬ 'ਚ ਵੀ ਬਟ ਇਹ ਚੀਜ਼ ਸੀਗੀ ਨੀ ਪਤਾ ਸੀਗਾ ਕਿ ਜੁੜੇ ਆ ਤੇ ਆਪਾਂ ਇਕੱਠੇ ਹੈ ਇਹ ਇੱਕ ਹੁੰਦਾ ਨਾ ਕਬੂਤਰ ਕਬੂਤਰੀ ਦੀ ਜੋੜੀ ਤੇ ਉਹ ਇੱਕ ਛੋਟੇ ਗਿਰਦੇ ਨੇ ਛੋਟੇ ਦੋ ਚੂਚੇ ਖਰੀਦੇ ਤੇ ਇੱਕ ਚੂਚਾ ਮਰ ਗਿਆ ਤੇ ਦੂਜਾ ਵੀ ਮਰ ਜਾਂਦਾ ਸਹੀ ਹੈ ਇਹ ਰਿਲੇਸ਼ਨ ਤੇ ਉਹ ਜਿਹਾ ਹੁੰਦਾ ਸੀ ਤੇ ਇਹ ਅੱਜ ਕੱਲ੍ਹ ਜਰਦੇ ਨੀ ਇੱਕ ਦੂਜੇ ਨੂੰ ਜਰਨਾ ਖਤਮ ਹੋ ਗਿਆ ਤੇ ਇਹ ਬੇਸਿਕਲੀ ਨੀ ਫਿਲਮ ਦੇ ਵਿੱਚ ਉਹੀ ਗੱਲ ਹੈ ਦੱਸੀ ਸਾਡੇ ਵੱਲੋਂ ਟੀਮ ਵੱਲੋਂ ਸਾਡੇ ਰਾਈਟਰ ਵੱਲੋਂ ਕਿ ਸਾਨੂੰ ਇੱਕ ਦੂਜੇ ਨੂੰ ਸੁਣਨਾ ਚਾਹੀਦਾ ਸਾਨੂੰ ਇੱਕ ਦੂਜੇ ਨੂੰ ਸਮਝਣਾ ਚਾਹੀਦਾ ਤੇ ਗੱਲ ਉੱਥੇ ਹੀ ਮੁੱਕ ਜਾਏਗੀ ਬਿਲਕੁਲ ਨਹੀਂ ਤੇ ਇਹ ਪਾਣੀ 'ਚ ਮਧਾਣੀ ਪਾਉਣ ਵਾਲੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਢਿੰਗਰ ਸਾਹਿਬ ਜੇਕਰ ਆਪਾਂ ਗੱਲ ਕਰੀਏ ਪੁਰਾਣੇ ਬਜ਼ੁਰਗਾਂ ਦੇ ਨਾਲ ਪੁਰਾਣਾ ਆਪਾਂ ਆਪਣਾ ਇਤਿਹਾਸ ਪੜ੍ਹੀਏ ਤੇ ਉਦੋਂ ਕਹਿੰਦੇ ਨੇ ਕਿ ਪੁਰਾਣੇ ਟਾਈਮ 'ਤੇ ਡੋਲੀ ਤਰਨ ਲੱਗਿਆ ਮਾਂ ਕੰਨ ਦੇ ਵਿੱਚ ਜਾਂ ਪਿਓ ਭਰਾ ਕੰਨ ਦੇ 'ਚ ਕੁੜੀ 'ਚ ਇਹ ਕਹਿੰਦੇ ਕਿ ਤੇਰੀ ਡੋਲੀ ਚੱਲੀ ਆ ਤੇਰੀ ਅਰਥੀ ਆਉਣੀ ਚਾਹੀਦੀ ਆ ਠੀਕ ਆ ਇਹ ਇਹ ਚੀਜ਼ ਇਸ ਚੀਜ਼ ਦਾ ਇਸ ਚੀਜ਼ ਦੀ ਗਵਾਹੀ ਦਿੰਦੀ ਆ ਕਿ ਉਸ ਟਾਈਮ ਦੇ ਉੱਤੇ ਰਿਸ਼ਤਿਆਂ ਨੂੰ ਕਿੰਨੀ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ ਖਾਣ ਪੀਣ ਸਾਡਾ ਸਾਡਾ ਸਾਡੇ ਸਾਡੇ ਵਿਵਹਾਰ ਦੇ ਵਿੱਚ ਉਹ ਚੀਜ਼ਾਂ ਆ ਗਈਆਂ ਨੇ ਕਾਹਲੀ ਹੋ ਗਈ ਸਾਨੂੰ ਸਾਰੇ ਜਰਦੇ ਨੇ ਇੱਕ ਦਿਨ ਕਹਿਤਾ ਤੇ ਅਸੀਂ ਬਸ ਤੋੜਨ ਨੂੰ ਫਿਰਦੇ ਹਾਂ ਜੀ ਇਹ ਸਾਨੂੰ ਏਦਾਂ ਨਹੀਂ ਸਾਡੀ ਜਿਹੜੀ ਫਿਲਮ ਹੈ ਉਹਦੇ ਵਿੱਚ ਇਹੀ ਗੱਲ ਆ ਵੀ ਯਾਰ ਉਹ ਗੱਲ ਨਾ ਕਰ ਲਈਏ ਵੀ ਮੈਂ ਤੇ ਮਾਂ ਹੀ ਦੋ ਜਾਣੇ ਉਹ ਸੋਰੀ
ਗੱਲ ਉਹ ਮੈਂ ਹੋਰ ਗੱਲ ਕਹਿ ਗਿਆ, ਆਪਾਂ ਦੋਵੇਂ ਰੋਜ਼ ਬੈਠੇ ਤਾਂ ਮਨੁੱਖ ਬਣਦੇ, ਇਹ ਆਪਾਂ ਉਹਨੂੰ ਮਨਾ ਲੈਣਾ ਚਾਹੀਦਾ ਇੱਕ ਦੂਜੇ ਨੂੰ, ਬਿਲਕੁਲ ਏਦਾਂ ਨਾ ਹੋਵੇ ਵੀ ਉਹ ਰਿਸ਼ਤੇ ਆਵੇ ਤਾਂ ਮਨਾ ਹੀ ਨਾ। ਜੀ ਸੋਰੇ, ਮਨਾਉਣ ਦੇ ਤਰੀਕੇ ਜਿਹੜੇ ਆ ਉਹ ਪਤਾ ਲੱਗਣਗੇ ਤੁਹਾਡੀ ਫਿਲਮ ਚ। ਹਾਂਜੀ ਜੀ ਟਿੰਗਰਾ ਸਾਹਿਬ, ਇੱਕ ਮੇਰਾ ਜਿਹੜਾ ਮੇਰਾ ਤੁਹਾਨੂੰ ਸਵਾਲ ਆਉਂਦਾ ਵਾ ਜੀ, ਇਸ ਫਿਲਮ ਦੇ ਨਾਲ ਰਿਲੇਟਡ ਹੀ ਆ। ਜਿਵੇਂ ਫਿਲਮ ਦੀ ਇਸ ਵਕਤ ਗੱਲ ਕਰੀਏ ਤਾਂ ਕਾਫੀ ਜਿਹੜੀਆਂ ਪੰਜਾਬੀ ਫਿਲਮਾਂ ਨੇ ਨਾ ਉਹ ਖਾਸ ਕਾਮੇਡੀ ਹੀ ਜ਼ਿਆਦਾ ਹੈ ਨਾ, ਕਾਮੇਡੀ ਹੀ ਚਾਹੀਦੀ ਆ, ਕਾਮੇਡੀ ਤੋਂ ਬਗੈਰ ਸ਼ਾਇਦ ਕੋਈ ਫਿਲਮ ਨਹੀਂ ਹਿੱਟ ਹੋ ਸਕਦੀ, ਅਪਾਰਟ ਫਰੋਮ 1984 ਤੋਂ ਇਲਾਵਾ ਜਿਹੜੀ ਇੱਕ ਫਿਲਮ ਆਈ ਹੈ, ਨਹੀਂ ਤਾਂ ਜ਼ਿਆਦਾਤਰ ਫਿਲਮਾਂ ਦੇ ਵਿੱਚ ਕਾਮੇਡੀ ਚਾਹੀਦੀ ਹੀ ਆ ਤਾਂ ਹੀ ਫਿਲਮ ਹਿੱਟ ਹੋਊਗੀ। ਹੁਣ ਇਹ ਇੱਕ ਫਿਲਮ ਆ, ਇੱਕ ਫੈਮਿਲੀ ਡਰਾਮਾ ਆ, ਜਦੋਂ ਤੁਸੀਂ ਸ਼ੁਰੂ ਕਰ ਰਹੇ ਸੀ ਕੀ ਇੱਕ ਮਨ ਦੇ ਵਿੱਚ ਡਰ ਹੈਗਾ ਸੀਗਾ ਯਾਰ ਕਿ ਪਤਾ ਨਹੀਂ ਲੋਕਾਂ ਨੇ ਇਹ ਕਿੱਧਰ ਨੂੰ ਲੈ ਕੇ ਜਾਣਾ ਹੈ, ਕਿਉਂਕਿ ਹੁਣ ਤਾਂ ਟ੍ਰੇਲਰ ਨੂੰ ਬਹੁਤ ਪਿਆਰ ਮਿਲ ਗਿਆ, ਉਸ ਤੋਂ ਪਹਿਲਾਂ ਜਦੋਂ ਆਪਾਂ ਸ਼ੁਰੂ ਕਰ ਰਹੇ ਹਾਂ ਕੀ ਸੀਗਾ ਉਹਦਾ ਮਨ ਦੇ ਵਿੱਚ ਕਿ ਨਹੀਂ ਯਾਰ ਮੈਂ ਕਰਨਾ ਹੀ ਕਰਨਾ ਆ, ਜਾਂ ਡਿਫਰੈਂਟ ਕਨਸੈਪਟ ਆ, ਕੀ ਸੀਗਾ ਮਨ ਦੇ ਵਿੱਚ ਕਿ ਇਹ ਕਰਨਾ ਜਾਂ ਨਹੀਂ ਕਰਨਾ, ਜਾਂ ਉਦੋਂ ਥੋੜਾ ਜਿਹਾ ਕਨਫਿਊਜ਼ ਹੋਏ ਹੋ? ਫਿਲਮ ਜਦੋਂ ਸ਼ੁਰੂ ਕੀਤੀ ਅਸੀਂ ਬੇਸਿਕ ਵੈਸੇ ਅੰਗਰੇਜ਼ ਫਿਲਮ ਸਾਡੀ ਟੀਮ ਦੀ ਪਹਿਲਾਂ ਸਾਰੇ ਦੇਖ ਚੁੱਕੇ ਆ, ਫਿਰ ਬੜਾ ਪਿਆਰ ਮਿਲਿਆ ਅੰਗਰੇਜ਼ ਨੂੰ। ਅੰਗਰੇਜ਼ ਫਿਲਮ ਬਣਾਉਣ ਤੋਂ ਬਾਅਦ ਸਾਡੇ ਲਈ ਇੱਕ ਬੜਾ ਵੱਡਾ ਚੈਲੰਜ ਸੀਗਾ ਕਿ ਹਨਾ ਹੁਣ ਅਮਰਿੰਦਰ ਭਾਜੀ ਦਾ ਵੀ ਬੜਾ ਉਹਨਾਂ ਦੇ ਥੋਟ ਪ੍ਰੋਸੈਸ ਚੱਲ ਰਿਹਾ ਵੀ ਹੁਣ ਕੀ ਕੀਤਾ ਜਾਵੇ, ਕੀ ਕੀਤਾ ਜਾਵੇ ਪੰਜਾਬ ਨੂੰ ਲੈ ਕੇ, ਪੰਜਾਬ ਨਾਲ ਕੀ ਕਨੈਕਟ ਕਰਦੀਆਂ ਚੀਜ਼ਾਂ ਨੇ। ਤੇ ਬੇਸਿਕਲੀ ਅਸੀਂ 6 ਮਹੀਨੇ ਲਾਤੇ ਇਸ ਗੱਲ ਨੂੰ ਕੀ ਕਰਨਾ ਚਾਹੀਦਾ, ਪੰਜਾਬ ਦਾ ਕੀ ਕਨੈਕਸ਼ਨ ਹੈ, ਲੋਕਾਂ ਦੀ ਕੀ ਗੱਲ ਕਰੀਏ, ਲੋਕਾਂ ਨਾਲ ਜੁੜੀ ਕੀ ਗੱਲ ਕਰੀਏ। ਇਹ ਮੇਰੇ ਖਿਆਲ 6 ਮਹੀਨੇ ਬਾਅਦ ਅਸੀਂ ਲਗਾਤਾਰ ਸਾਡੀ ਡਿਸਕਸ਼ਨ ਚੱਲੀ, ਉਸ ਤੋਂ ਬਾਅਦ ਸਾਨੂੰ ਇਹ ਲਵ ਪੰਜਾਬ ਦਾ ਆਈਡੀਆ ਆਇਆ, ਜਿਹਦੇ ਵਿੱਚ ਇੱਕ ਬੱਚੇ ਦਾ ਪੁਆਇੰਟ ਆਫ ਵਿਊ ਆ ਕਿ ਬੱਚਾ ਪਹਿਲੀ ਵਾਰੀ ਆਪਣੇ ਪੰਜਾਬ 'ਚ ਆ ਰਿਹਾ ਹੈ, ਪਹਿਲੀ ਵਾਰੀ ਉਹ ਜਨਰੇਸ਼ਨ ਜਿਹਨੇ ਪੰਜਾਬ ਵੇਖਿਆ ਹੀ ਨਹੀਂ, ਉਹ ਪਹਿਲੀ ਵਾਰੀ ਪੰਜਾਬ ਆਉਣ ਲੱਗਾ ਹੈ, ਤੇ ਉਹਦਾ ਕੀ ਨਜ਼ਰੀਆ ਹੋਊਗਾ ਪੰਜਾਬ ਨੂੰ ਦੇਖਣ ਦਾ, ਉਹ ਆਪਣੀਆਂ ਰੂਟਸ ਨੂੰ ਦੇਖਣ ਆ ਰਿਹਾ। ਸਾਡਾ ਜਦੋਂ ਇਹ ਆਈਡੀਆ ਹੈ ਤੇ ਅਸੀਂ ਇਸ ਆਈਡੀਆ ਤੇ ਸਾਨੂੰ ਬੜਾ ਕੋਨਫੀਡੈਂਸ ਆਇਆ ਕਿ ਨਹੀਂ ਇਹਦੇ ਵਿੱਚ ਫਿਲਮ ਦੇ ਵਿੱਚ ਆਪਣੇ ਆਪ ਦੀ ਇੱਕ ਵੱਖਰੀ ਖੁਸ਼ਬੂ, ਆਪਣੀ ਵੱਖਰੀ ਸਮੈਲ ਆ, ਤੇ ਇਹੋ ਜਿਹਾ ਸਾਨੂੰ ਨਹੀਂ ਸੋਚਣਾ ਚਾਹੀਦਾ ਕਿ ਕਾਮੇਡੀ ਹੈ ਕਿ ਇਮੋਸ਼ਨ ਹੈ ਕਿ ਨਹੀਂ। ਅਸੀਂ ਕਹਾਣੀ ਦੇ ਫਲੋ ਦੇ ਵਿੱਚ ਬਹਿੰਦੇ ਗਏ, ਜੋ ਬਣਿਆ ਉਹ ਤੁਹਾਡੇ ਸਾਹਮਣੇ ਹੁਣ 11 ਮਾਰਚ ਨੂੰ ਆ ਜਾਣਾ ਜੀ। ਬਾਕੀ ਸਾਨੂੰ ਇਸ ਗੱਲ ਦਾ ਬੜਾ ਉਹ ਕਿ ਪੰਜਾਬ ਦੀ ਫਿਲਮ ਹੈ, ਪੰਜਾਬੀ ਜਿਹੜੀ ਅਸੀਂ ਨੈਕਸਟ ਜਨਰੇਸ਼ਨ ਹੈ ਉਹਨਾਂ ਦੀ ਫਿਲਮ ਹੈ, ਜਿਹੜੇ ਪੰਜਾਬ ਚ ਵੱਸ ਰਹੇ ਉਹਨਾਂ ਦੀ ਫਿਲਮ ਹੈ, ਜੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਦੇ ਵਿੱਚ ਮਿਹਨਤਾਂ ਕਰ ਰਹੇ ਦਿਨ ਰਾਤ ਤੋੜ ਕੇ ਦਿਨ ਰਾਤ ਕੰਮ ਕਰਕੇ ਡਾਲਰ ਕਮਾਉਂਦੇ ਨੇ, ਤੇ ਸਾਡੇ ਕਹਿੰਦੇ ਪੰਜਾਬ ਚ ਬੈਠੇ ਕਈਆਂ ਨੂੰ ਏਦਾਂ ਲੱਗਦਾ ਵੀ ਉੱਥੇ ਤੇ ਯਾਰ ਹਨਾ ਬੜਾ ਪੈਸਾ ਤੇ ਬੜਾ, ਉਹ ਇਹ ਨੀ ਵੇਖਦੇ ਵੀ ਕਿੰਨੀ ਸੂਆ ਵੀ ਸੇਜ ਤੇ ਵੀ ਸੋਣਾ ਪੈਂਦਾ ਤੇ ਕਿੰਨੀ ਮਿਹਨਤ ਵੀ ਕਰਨੀ ਪੈਂਦੀ ਆ, ਤੇ ਕਈ ਵਾਰੀ ਰੋਣਾ ਵੀ ਪੈਂਦਾ ਤੇ ਦੱਸਦੇ ਨੀ ਸਾਹਮਣੇ ਫੋਨ ਕਰਕੇ ਘਰਦਿਆਂ ਨੂੰ ਵੀ ਰੋਏ ਨੀ ਹੈ। ਇਹ ਸਾਰੀ ਗੱਲ ਹੈ ਫਿਲਮ ਦੇ ਵਿੱਚ ਵੀ ਜਿੱਥੇ ਮਿਹਨਤ ਪਰਿਵਾਰ ਇੱਕ ਪੰਜਾਬ ਚੀਜ਼ ਹੈ, ਤੇ ਸਾਨੂੰ ਕਦੀ ਵੀ ਏਦਾਂ ਦਾ ਫੀਲ ਨੀ ਆਇਆ ਕਿ ਇਹਦੇ ਵਿੱਚ ਕਾਮੇਡੀ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ। ਉਹ ਆਪਣੇ ਆਪ ਇੱਕ ਕਹਾਣੀ ਦੀ ਇੱਕ ਜਰਨੀ ਹੈ, ਉਹ ਉਹਦੇ ਫਲੋ ਤੇ ਸਾਡਾ ਰਾਈਟਰ ਅਸੀਂ ਸਾਰੀ ਟੀਮ ਬਹਿੰਦੇ ਗਏ ਜੋ ਆ ਜੀ। ਟਿੰਗਰਾ ਸਾਹਿਬ, ਇੱਕ ਬੱਚਿਆਂ ਦਾ ਵੇਖੋ ਬਹੁਤ ਕੰਮ ਹੈ ਇਸ ਫਿਲਮ ਦੇ ਵਿੱਚ, ਤੇ ਬੀਂਗ ਅ ਡਾਇਰੈਕਟਰ ਕਿੰਨਾ ਕੁ ਹਾਰਡ ਸੀਗਾ ਉਹਨਾਂ ਬੱਚਿਆਂ ਕੋ ਕੰਮ ਲੈਣਾ? ਬੱਚਿਆਂ ਦਾ ਇੰਪੈਕਟ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਸੋਚਦੇ ਹਾਂ ਕਿ ਬੜਾ ਔਖਾ ਹੋਊਗਾ ਬੱਚਿਆਂ ਨੂੰ, ਠੀਕ ਹੈ ਪਹਿਲੀ ਵਾਰੀ ਬੱਚੇ ਨੂੰ ਥੋੜਾ ਜਿਹਾ ਸਮਝਾਉਣਾ, ਸਾਨੂੰ ਵੀ ਲੱਗਾ ਕਿ ਉਹਨੂੰ ਸਮਝਾਉਣਾ ਕਿ ਇੱਦਾਂ ਕਰਨਾ ਆਹ ਕਰਨਾ ਇਸ ਤਰ੍ਹਾਂ ਕਰਨਾ, ਬਟ ਉਹ ਬੱਚਾ ਖਾਲੀ ਪਹਿਲੇ ਵਰਗਾ, ਉਹਦੇ ਵਿੱਚ ਆਪਾਂ ਜੋ ਭਰ ਲਿਆ ਭਰ ਲਿਆ। ਇਹ ਫਿਲਮ ਵਿੱਚ ਵੀ ਬੱਚਿਆਂ ਨਾਲ ਅਸੀਂ ਡਿਸਕਸ਼ਨ ਕੀਤੀ, ਬੱਚੇ ਜਿੰਨੇ ਵੀ ਸੀਗੇ, ਕੁਛ ਬਾਹਰ ਕੈਨੇਡੀਅਨ ਬੱਚੇ ਵੀ ਸੀਗੇ, ਆਪਣਾ ਜਿਹੜਾ ਮੇਨ ਬੱਚਾ ਇੰਡੀਆ ਦਾ ਮੁੰਡਾ ਸੀਗਾ ਮਨਵੀਰ ਜੌਹਲ ਜੀ, ਉਹ ਸੀਗਾ, ਤੇ ਉਹਨਾਂ ਨਾਲ ਸ਼ੁਰੂ ਸ਼ੁਰੂ ਤੋਂ ਥੋੜਾ ਜਿਹਾ ਲੱਗਾ, ਬਟ ਬਾਅਦ ਵਿੱਚ ਉਹ ਵੀ ਲੜਕਾ ਬੜਾ ਸਲੋ ਚ ਆ ਗਿਆ ਤੇ ਬੜਾ ਸੋਹਣਾ ਕੰਮ ਕੀਤਾ ਉਹਨੇ, ਬੜਾ ਕੋਪਰੇਟ ਕੀਤਾ। ਉਹ ਸਾਨੂੰ ਹੈਰਾਨੀ ਸੀਗੀ ਕਿ ਉਹ ਹਮੇਸ਼ਾ ਕੰਮ ਲਈ ਰੈਡੀ ਹੁੰਦਾ ਸੀਗਾ, ਉਹਨੂੰ ਜਦੋਂ ਬਹੁਤ ਮਿਲੀ ਰੈਡੀ ਕੰਮ ਕਰੀ ਸ਼ੁਰੂ ਕਹਿ ਕੇ ਗਏ, ਉਹ ਹਮੇਸ਼ਾ ਰਹਿ ਜਾਂਦਾ ਸੀ ਰਾਤ ਤੇ ਵੀ, ਅਸੀਂ ਕਈ ਵਾਰੀ ਨਾ ਚਾਹੁੰਦੇ ਹੋਏ ਲੇਟ ਵੀ ਕਈ ਵਾਰੀ ਹੋਏ, ਤੇ ਉਹ ਬੱਚੇ ਨੇ ਬੜਾ ਕੋਪਰੇਸ਼ਨ ਕੀਤਾ, ਬੜਾ ਸੋਹਣਾ ਪਰਫਾਰਮ ਕੀਤਾ ਬੱਚੇ ਨੇ ਜੀ। ਬਹੁਤ ਵਧੀਆ ਢਿੰਗਰ ਸਾਹਿਬ। ਅੱਛਾ ਢਿੰਗਰ ਸਾਹਿਬ, ਇੱਕ ਚੀਜ਼ ਮੇਰੇ ਮਾਇੰਡ 'ਚ ਆ ਰਹੀ ਆ, ਹੁਣ ਅਸੀਂ ਸਾਰੇ ਇਸ ਚੀਜ਼ ਤੋਂ ਵਾਕਫ ਹਾਂ, ਬਹੁਤ ਸਾਰੇ ਸਾਡੇ ਸਰੋਤੇ ਤੁਹਾਡੇ ਨਾਂ ਤੋਂ ਵਾਕਫ ਨੇ, ਉਹਨਾਂ ਨੂੰ ਪਤਾ ਵਾ ਬੈਕਗਰਾਊਂਡ ਦਾ, ਪਰ ਬਹੁਤ ਸਾਰੇ ਇੱਦਾਂ ਦੇ ਵੀ ਨੇ ਵਿੱਚ ਜਿਨ੍ਹਾਂ ਨੂੰ ਸ਼ਾਇਦ ਇਹ ਜਾਣਨ ਦੀ ਵੀ ਇੱਛਾ ਹੋਊਗੀ ਵੀ ਤੁਹਾਡੀ ਬੈਕਗਰਾਊਂਡ ਕੀ ਆ। ਹਲਕੀ ਜੀ 'ਤੇ ਆਪਾਂ ਸ਼ੁਰੂਆਤ ਕੀਤੀ ਖਾਲਸਾ ਕਾਲਜ ਦੀ, ਜੇ ਤੁਸੀਂ ਆਪਣੇ ਆਪ ਸਾਡੇ ਸਰੋਤਿਆਂ ਦੇ ਨਾਲ ਸਾਂਝ ਪਾਓ, ਹਲਕਾ ਜਿਹਾ ਪਤਾ ਲੱਗੇ ਕਿ ਕਿਹੜੇ ਸ਼ਖਸ ਦੇ ਨਾਲ ਗੱਲ ਕਰ ਰਹੇ ਹਾਂ ਆਪਾਂ। ਜੀ ਜੀ, ਮੈਂ ਜੀ ਜਦੋਂ ਸਾਹਿਬ, ਮੈਂ ਤੁਹਾਨੂੰ ਪਤਾ ਹੀ ਹੈ ਯੂ ਆਰ ਮਾਈ ਜੂਨੀਅਰ, ਤੁਸੀਂ ਜੂਨੀਅਰ ਮੇਰੇ ਜੀ ਜੀ, ਹਾਂ, ਤੇ ਮੈਂ 98 ਚ ਖਾਲਸਾ ਕਾਲਜ ਐਡਮਿਸ਼ਨ ਲਈ ਸੀ ਜੀ, ਤੇ ਉੱਥੇ ਸਾਡੇ ਸੀਨੀਅਰ ਹੁੰਦੇ ਸੀਗੇ ਵਿਕਰਮਜੀਤ ਸਿੰਘ, ਰੋਹਿਤ ਸ਼ਰਮਾ,
ਅਨਸ਼ਵੀਰ ਜੀ ਹਨਾ, ਰਣਜੋਤ ਜੋਧਾ ਸੋਢੀ, ਇਹ ਸਾਰੇ ਭੰਗੜਾ ਪਾਉਂਦੇ, ਕੋਈ ਥੀਏਟਰ ਕਰਦੇ ਸੀ, ਸਾਨੂੰ ਨਵੇਂ ਨਵੇਂ ਗਏ ਕੋਈ ਵੜਨ ਨਹੀਂ ਦਿੰਦਾ ਹਾਲ ਦੇ ਵਿੱਚ, ਜਿਹੜਾ ਸੀਨੀਅਰ ਜਿਹੜੇ ਹੁੰਦੇ ਸੀ ਉਹਨਾਂ ਨੇ ਦਰਵਾਜੇ ਬੰਦ ਬੁੰਦ ਕਰਕੇ ਤੇ ਰਿਹਰਸਲ ਕਰ ਦੇਣਾ, ਅਸੀਂ ਲੁਕ ਲੁਕ ਵੇਖਣਾ ਲੋਕੀ ਤਾਂ ਰੱਖਣਾ ਵੀ ਉਹ ਵੈਸੇ ਦਰਵਾਜੇ ਬੰਦ ਕਰ ਲੈਂਦੇ ਜੀ, ਤੇ ਥੀਏਟਰ ਬੜੀ ਸ਼ਾਂਤੀ ਦੀ ਆ ਠੀਕ ਕਰਦੇ ਆ, ਸਾਨੂੰ ਪਤਾ ਹੀ ਹੁੰਦਾ ਸੀ ਨਾਟਕ ਵਰਡ ਸੁਣਿਆ ਉੱਥੇ ਆ ਕੇ ਤੇ ਹਨਾ ਨਾਟਕ ਕਰਨਾ, ਮਾਈਮ ਕਰਨੀ, ਸਕਿੱਟ ਕਰਨੀ, ਇਹ ਖਾਲਸਾ ਕਾਲਜ ਸੁਣਿਆ, ਤੇ ਫਿਰ ਹੌਲੀ 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 ਉਹਨਾਂ ਨੇ ਸਾਨੂੰ ਹਨਾ ਵੇਖਿਆ ਵੀ ਮੁੰਡੇ ਵਿਚਾਰੇ ਇਹਨਾਂ ਲੱਗੇ ਰਹਿੰਦੇ ਆ, ਵਿਕਰਮਜੀਤ ਸਿੰਘ ਜਿਹੜੇ ਕਿ ਇਸ ਟਾਈਮ ਜੇ ਰੇਡੀਓ ਸੁਣ ਸਕਣਗੇ ਕਿਤੇ ਜੀ, ਡੀਸੀ ਜੀ ਬੈਠੇ ਨੇ, ਇਹ ਇੰਟਰਵਿਊ ਜ਼ਰੂਰ ਉਹਨਾਂ ਤੱਕ ਪਹੁੰਚੂਗੀ ਵੀ ਇਹ ਗੱਲ, ਇਹੀ ਗੱਲਾਂ ਪੇ ਕਰਨੀਆਂ ਜ਼ਿੰਦਗੀ ਜਿਹੜੀ ਹੁਣ ਮਿਹਨਤ ਹੋ ਚੁੱਕੀ ਆ, ਤੇ ਇਹੀ ਗੱਲ ਪੇ ਕਰਨੀ ਆ, ਤੇ ਕਹਿੰਦੇ ਜਾ ਹੁਣ ਮੇਰੇ ਗਲਾਸ ਪਾਣੀ ਲੈ ਗਿਆ ਤੇ ਮੈਂ ਫਿਰ ਗਲਾਸ ਪਾਣੀ ਲੈਣ ਚਲਾ ਗਿਆ ਜੀ, ਤੇ ਖਾਲਸਾ ਕਾਲਜ ਸੀਗੀ ਉਹ ਅੰਮ੍ਰਿਤਸਰ ਖਾਲਸਾ ਕਾਲਜ ਜਿੱਥੋਂ ਲਰਨਿੰਗ ਹੋਈ, ਜਿੱਥੋਂ ਹੁੰਦਾ ਬੀ ਤੁਹਾਡੇ ਅੰਦਰ ਆਉਣਾ, ਜਿੱਥੋਂ ਅੱਗ ਆਉਣੀ ਤੁਹਾਡੇ ਅੰਦਰ, ਉਹ ਸੀਗੀ 98 ਤੋਂ ਲੈ ਕੇ 2000 ਤੱਕ ਮੈਂ ਖਾਲਸਾ ਕਾਲਜ ਨਾਲ ਐਸੋਸੀਏਟ ਰਿਹਾ, ਜੇ ਵਿਆਹ ਤੇ ਤਾਂ ਮੈਂ ਅੱਜ ਵੀ ਖਾਲਸਾ ਕਾਲਜ ਦੇ ਨਾਲ ਹੀ ਹਰ ਸਾਲ ਜਦੋਂ ਮੌਕਾ ਉਹਨਾਂ ਨੂੰ ਗ੍ਰੈਜੂਏਸ਼ਨ ਕਰਕੇ ਮੈਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲੇ ਆਇਆ, ਉੱਥੇ ਉੱਥੇ ਥੀਏਟਰ ਐਂਡ ਟੈਲੀਵਿਜ਼ਨ ਡਿਪਾਰਟਮੈਂਟ ਸੀਗਾ, ਉੱਥੋਂ ਐਮਏ ਕੀਤੀ ਥੀਏਟਰ ਦੀ, ਬਹੁਤ ਵਧੀਆ ਢਿੰਗਰ ਸਾਹਿਬ। ਹਾਂਜੀ ਸੁਣਦੇ ਰਹੋ ਜੀ ਰੇਡੀਓ, ਹਾਂਜੀ ਤੇ ਮੈਂ ਗੁਰਜੋਤ ਸਿੰਘ ਸੋਢੀ, ਤੇ ਪ੍ਰੋਗਰਾਮ ਚੱਲ ਰਿਹਾ ਜੀ ਡਰਾਈਵ ਬੈਕ, ਤੇ ਪ੍ਰੋਗਰਾਮ ਚੱਲ ਰਿਹਾ ਨਾਲ ਨਾਲ ਲਵ ਪੰਜਾਬ, ਪਿਆਰ ਹੋ ਰਿਹਾ ਜੀ ਪੰਜਾਬ ਦੇ ਨਾਲ, ਤੇ ਸਾਡੇ ਵੀਰ ਰਾਜੀਵ ਢਿੰਗਰਾ ਜੀ ਸਾਡੇ ਨਾਲ ਨੇ, ਸੋ ਡਾਇਰੈਕਟਰ ਸਾਹਿਬ ਸਾਡੇ ਨਾਲ ਨੇ, ਹੁਣ ਉਹਨਾਂ ਕੋਲ ਜਾਣਦੇ ਹਾਂ ਇਸ ਫਿਲਮ ਦੇ ਬਾਰੇ, ਸੋ ਆਪਾਂ ਉੱਥੋਂ ਹੀ ਸ਼ੁਰੂ ਕਰਦੇ ਹਾਂ ਜਿੱਥੇ ਇੰਟਰਵਿਊ ਆਪਾਂ ਉਹਨਾਂ ਦੇ ਨਾਲ ਰੋਕੀ ਸੀਗੀ, ਕਿ ਉਹਨਾਂ ਦੇ ਬਾਰੇ ਇੱਕ ਬੈਕਗਰਾਊਂਡ ਜਿਹੜੀ ਆਪਾਂ ਝਾਤ ਮਾਰ ਰਹੇ ਸਾਂ ਕਿ ਨਾ ਸਿਰਫ ਰਾਜੀਵ ਜੀ ਨੂੰ ਇਸ ਫਿਲਮ ਤੋਂ ਜਾਣਦੇ ਨੇ, ਬਲਕਿ ਉਸ ਤੋਂ ਪਹਿਲਾਂ ਵੀ ਵਿਦ ਕਮੇਡੀ ਨਾਈਟ ਵਿਦ ਕਪਿਲਸ ਅਤੇ ਕਪਿਲ ਅਤੇ ਹੋਰ ਜਿੰਨੇ ਵੀ ਸ਼ੋਅ ਕ੍ਰੀਏਟ ਐਜ਼ ਅ ਕ੍ਰੀਏਟਿਵ ਡਾਇਰੈਕਟਰ, ਅਸਿਸਟੈਂਟ ਡਾਇਰੈਕਟਰ, ਇਹਨਾਂ ਨੇ ਬਹੁਤ ਸਾਰਾ ਕੰਮ ਮੁੰਬਈ ਦੇ ਵਿੱਚ ਕੀਤਾ ਹੋਇਆ। ਹੁਣ ਇੱਕ ਇਹਨਾਂ ਕੋਲ ਮੌਕਾ ਸੀਗਾ ਕਿ ਆਪਣੀ ਪੰਜਾਬ ਦੀ, ਪੰਜਾਬ ਦੇ ਲਈ ਕੁਛ ਕਰ ਦਿਖਾਉਣਾ ਜਾਂ ਪੰਜਾਬੀਅਤ ਦੇ ਲਈ ਕੁਛ ਕਰਨਾ, ਉਹਦੇ ਲਈ ਇਹਨਾਂ ਨੇ ਲੈ ਕੇ ਆਉਂਦਾ ਜੀ ਲਵ ਪੰਜਾਬ। ਸੋ ਜਿਹੜਾ ਪਿਆਰ ਭਰਿਆ ਸੀਗਾ ਇਹਨਾਂ ਦੇ ਮਨ ਦੇ ਅੰਦਰ, ਉਹ ਇਸ ਫਿਲਮ ਦੇ ਜ਼ਰੀਏ ਤੁਸੀਂ ਦੇਖੋਗੇ 11 ਮਾਰਚ ਨੂੰ ਤੁਹਾਡੇ ਨੇੜਲੇ ਹਾਲਟ ਸਿਨੇਮਾਜ਼ ਦੇ ਵਿੱਚ। ਸੋ ਟਿੰਗਰਾ ਸਾਹਿਬ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ ਰੇਡੀਓ, ਹਾਂਜੀ ਤੇ ਹਾਂਜੀ ਸਰ ਜੀ। ਸੋ ਟਿੰਗਰਾ ਸਾਹਿਬ ਆਪਾਂ ਗੱਲਬਾਤ ਕਰ ਰਹੇ ਸੀਗੇ ਖਾਲਸਾ ਕਾਲਜ ਦੀਆਂ ਗੱਲਾਂ ਬਾਤਾਂ ਆਪਣੀਆਂ ਚੱਲ ਰਹੀਆਂ, ਤੁਸੀਂ ਸਾਰਾ ਕੁਛ ਯਾਦ ਦਵਾ ਦਿੱਤਾ ਹੈ ਨਾ ਜੀ, ਉਹ ਜਦੋਂ ਪਾਣੀ ਪਿਆਉਣ ਵਾਲੀਆਂ ਗੱਲਾਂ ਬਾਤਾਂ ਚੱਲਣੀਆਂ ਕਿੱਥੋਂ, ਪਰ ਇੱਕ ਸੱਚਾਈ ਆ ਵੀ ਉਹ ਭਾਵੇਂ ਤੁਸੀਂ ਪਾਣੀ ਫੜਾਉਂਦੇ ਸੀ ਭਾਵੇਂ ਜੋ ਵੀ ਕਰਦੇ, ਇੰਨਾ ਸਮਾਂ ਉੱਥੇ ਜੁੜਨ ਤੋਂ ਬਾਅਦ ਇੱਕ ਹੀ ਮੈਂ ਵਾਹਿਦ ਇਨਸਾਨ ਕਹੂੰਗਾ ਜਿਹਦੇ ਬਾਰੇ ਹਰ ਕੋਈ ਇਹ ਗੱਲ ਕਹਿੰਦਾ ਸੀਗਾ ਕਿ ਯਾਰ ਇਹ ਬੰਦਾ ਜਿਹੜਾ ਅੱਗੇ ਜਾ ਕੇ ਕੁਛ ਨਾ ਕੁਛ ਵੱਡਾ ਕਰੇਗਾ, ਐਂਡ ਮਤਲਬ ਤੁਸੀਂ ਉਹ ਕਰਤਾ। ਮੈਨੂੰ ਪਤਾ ਹੈ ਕਿ ਤੁਹਾਡੀ ਕੋਈ ਪਹਿਲੀ ਪੌੜੀ ਆ, ਇਹ ਕੋਈ ਇਹ ਨਹੀਂ ਮੈਂ ਕਹਿ ਸਕਦਾ ਕਿ ਤੁਸੀਂ ਬਹੁਤ, ਤੁਹਾਡੀ ਮੰਜ਼ਿਲ ਜਿਹੜੀ ਆ ਤੁਸੀਂ ਆਪਣੀ ਪਾ ਲਈ ਆ, ਤੁਹਾਨੂੰ ਕੀ ਲੱਗਦਾ ਆ ਇਹ ਜਿਹੜਾ ਖਾਲਸਾ ਹਨਾ ਖਾਲਸਾ ਕਾਲਜ ਦੇ ਸਫ਼ਰ ਤੋਂ ਲੈ ਕੇ ਮੁੰਬਈ ਤੱਕ ਦਾ ਸਫ਼ਰ ਕਿੱਦਾਂ ਦਾ ਰਿਹਾ ਜੀ? ਬੜਾ ਬਹੁਤ ਹੀ ਲਰਨਿੰਗ ਵਾਲਾ ਸੀਗਾ, ਹਰ ਚੀਜ਼ ਹਰ ਜਗ੍ਹਾ ਸਿਖਾਉਂਦੀ ਚਲੀ ਗਈ ਔਰ ਚੱਲਦੇ ਹੀ ਚਲੇ ਗਏ। ਸਾਡਾ ਐਕਚੁਲੀ ਪੂਰਾ ਗਰੁੱਪ ਸੀਗਾ ਜਿਹੜਾ ਹੁਣ ਆਸਟ੍ਰੇਲੀਆ ਵੀ ਇਹੀ ਗਰੁੱਪ ਹੀ ਹੈ ਜਿਹੜਾ ਆਪਸ ਦੇ ਵਿੱਚ ਗੱਲਬਾਤ ਕਰਦੇ ਪਏ ਆ, ਰੇਡੀਓ ਆਪਣਾ, ਰਣਜੋਤ ਸਿੰਘ, ਗੁਰਜੋਤ, ਤੇ ਜਦੋਂ ਅਸੀਂ ਪੰਜਾਬ ਤੋਂ ਨਿਕਲੇ ਕਪਿਲ ਤੇ ਮੈਂ ਨੌਵੀਂ ਕਲਾਸ ਤੋਂ ਇਕੱਠੇ ਅੰਮ੍ਰਿਤਸਰ ਤੋਂ ਪੜ੍ਹਦੇ ਆ ਰਹੇ, ਕਪਿਲ, ਚੰਦਨ, ਭਾਰਤੀ, ਰਾਜੀਵ ਠਾਕੁਰ, ਘੁੱਗੀ ਭਾਜੀ, ਗੁਰਪ੍ਰੀਤ ਘੁੱਗੀ ਸਾਡੇ ਸੀਨੀਅਰ ਸੀਗੇ, ਤੇ ਉਹੀ ਸੇਮ ਸਾਰਾ ਗਰੁੱਪ ਸੇਮ ਬੋਂਬੇ ਚਲਾ ਗਿਆ, ਤੇ ਜਾ ਕੇ ਕਦੀ ਏਦਾਂ ਦਾ ਮਹਿਸੂਸ ਨੀ ਹੋਇਆ ਵੀ ਅਸੀਂ ਬੋਂਬੇ ਆਏ ਹਾਂ। ਪਹਿਲੀ ਗੱਲ ਤਾਂ ਇਹ ਸੀ ਕਿਉਂਕਿ ਸਾਰੇ ਬੰਦੇ ਉਹੀ ਪੰਜਾਬ, ਉਹੀ ਜਿਹੜਾ ਪੰਜਾਬ ਚ ਗਰੁੱਪ ਸੀਗਾ ਉਹੀ ਸਾਰਾ ਗਰੁੱਪ ਸਾਰਾ ਬੋਂਬੇ ਮੂਵ ਕਰ ਗਿਆ, ਤੇ ਹਮੇਸ਼ਾ ਬੋਂਬੇ ਜਾ ਕੇ ਵੀ ਕੋਈ ਏਡੀ ਜ਼ਿਆਦਾ ਹਿੰਦੀ ਬੋਲਣ ਦੀ ਲੋੜ ਨੀ ਪਈ ਆਪਸ ਦੀ। ਇਨਫੈਕਟ ਜਿਹੜੇ ਸਾਡੇ ਨਾਲ ਗੁਜਰਾਤੀ ਪ੍ਰੋਡਿਊਸਰ ਸੀਗੇ ਜਾਂ ਮਰਾਠੀ ਪ੍ਰੋਡਿਊਸਰ ਸੀਗੇ ਜਿਹੜੇ ਸ਼ੋਅ ਬਣਾਉਂਦੇ ਸੀਗੇ, ਕਾਮੇਡੀ ਸਰਕਸ ਬਣਾਉਂਦੇ ਸੀਗੇ ਗੁਜਰਾਤੀ, ਉਹਨਾਂ ਨੂੰ ਵੀ ਪੰਜਾਬੀ ਬੋਲੇ ਲਾਤਾ, ਤੇ ਸਾਨੂੰ ਕਦੀ ਏਦਾਂ ਲੱਗਾ ਨੀ ਵੀ ਹਨਾ ਪੰਜਾਬ ਚੋਂ ਘਰੋਂ ਨਿਕਲ ਕੇ ਅਸੀਂ ਬੋਂਬੇ ਆਏ ਹਾਂ। ਉਹ ਸਫ਼ਰ ਬੜਾ ਮਿੱਠਾ ਰਿਹਾ ਕਿਉਂਕਿ ਦੋਸਤ, ਯਾਰ ਦੋਸਤ ਇੰਨੇ ਨਾਲ ਸੀਗੇ ਕਿ ਕਦੀ ਮੁਸ਼ਕਿਲ ਨੀ ਆਈ ਕਿ ਘਰੋਂ ਨਿਕਲ ਕੇ ਬਾਹਰ ਆਏ, ਹਮੇਸ਼ਾ ਘਰ ਹੀ ਲੱਗਾ। ਪੰਜਾਬ ਸਾਡੀ ਜਨਮ ਭੂਮੀ ਬਣ ਗਈ ਤੇ ਹੁਣ ਬੋਂਬੇ ਕਰਮ ਭੂਮੀ ਆ, ਤੇ ਕਦੀ ਏਦਾਂ ਦਾ ਮਹਿਸੂਸ ਹੋਇਆ ਹੀ ਨਹੀਂ।
ਵੀ ਬੜਾ ਘਰੋਂ ਨਿਕਲ ਕੇ ਆਏ ਤੇ ਬੜੀ ਯਾਦ ਆਉਣ ਡੀ ਪੰਜਾਬ ਦੀ, ਕਿਉਂਕਿ ਪੰਜਾਬ ਉੱਥੇ ਵੀ ਪੰਜਾਬ ਹੀ ਸੀਗਾ ਤੇ ਪੰਜਾਬ ਇੱਧਰ ਲੈ ਕੇ ਆਏ ਨਾਲ। ਤੇ ਬਾਕੀ ਇਹ ਹੈ ਕਿ ਲਰਨਿੰਗ ਹੈ ਹਮੇਸ਼ਾ ਜ਼ਿੰਦਗੀ ਦੇ ਵਿੱਚ, ਪਹਿਲਾਂ ਥੀਏਟਰ ਕੀਤਾ, ਫਿਰ ਰੇਡੀਓ ਕੀਤਾ, ਫਿਰ ਟੈਲੀਵਿਜ਼ਨ ਕੀਤਾ, ਤੇ ਹੁਣ ਹਾਂ ਫਿਲਮ ਕਰ ਰਿਹਾ ਮੈਂ, ਤੇ ਬੜੀ ਖੁਸ਼ੀ ਵੀ ਹੁੰਦੀ ਹੈ ਤੇ ਮਾਣ ਮਹਿਸੂਸ ਹੁੰਦਾ ਕਿ ਆਪਣੇ ਹੀ ਦੋਸਤ ਭਰਾ ਜਿੰਨੇ ਉਹਨਾਂ ਦੇ ਨਾਲ ਸਾਰੇ ਦੇ ਸਾਰੇ ਇਕੱਠੇ ਗਰੋ ਕਰਦੇ ਪਏ ਆ। ਗੌਰ ਕੀਤੀ ਔਰ ਇਹ ਸਿਰਫ ਤੁਸੀਂ ਨੀ ਕਹਿ ਰਹੇ, ਉੱਥੇ ਦੇ ਜਿਹੜੇ ਲੋਕਲ ਆਰਟਿਸਟ ਨੇ, ਠੀਕ ਆ ਜੀ, ਉੱਥੇ ਦੇ ਭਾਵੇਂ ਕਮੇਡੀਅਨ ਨੇ ਜਿਹੜੇ ਬਹੁਤ ਸਮੇਂ ਤੋਂ ਕਮੇਡੀ ਦੀ ਦੁਨੀਆਂ ਦੇ ਉੱਤੇ ਰਾਜ ਕਰ ਰਹੇ ਸੀ, ਉਹਨਾਂ ਨੇ ਇੱਕ ਗੱਲ ਕਹੀ ਕਿ ਨਹੀਂ ਯਾਰ, ਇੱਕ ਨਾ ਇਹ ਪੰਜਾਬੀਆਂ ਦਾ ਇੱਕ ਗਰੁੱਪ ਆਇਆ, ਉਹ ਸੇਮ ਏਜ ਮੇਟ ਆ, ਕੋਈ ਬਹੁਤਾ ਫਰਕ ਨਹੀਂ ਆ, ਕੋਈ ਪੰਜ ਦੋ ਚਾਰ ਸਾਲ ਉੱਪਰ ਕੋਈ ਥੱਲੇ, ਪਰ ਇਹਨਾਂ ਨੇ ਇਸ ਵਕਤ ਕਮੇਡੀ ਜਿਹੜੀ ਆ ਭਾਵੇਂ ਅੰਮ੍ਰਿਤਸਰ ਪੰਜਾਬ ਕਹਿ ਲਈਏ, ਉਹ ਰਾਜ ਕਰ ਰਹੇ ਨੇ ਜੀ ਮੁੰਬਈ ਦੇ ਉੱਤੇ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ? ਬਿਲਕੁਲ ਬਿਲਕੁਲ ਜੀ, ਮੈਂ ਰੇਡੀਓ ਹਾਂਜੀ ਦੇ ਜਿੰਨੇ ਵੀ ਇਸ ਟਾਈਮ ਲੋਕ ਸੁਣਦੇ ਨੇ, ਮੈਂ ਦੱਸਣਾ ਚਾਹੁੰਦਾ ਕਿ ਜਿੰਨਾ ਵੀ ਤੁਸੀਂ ਪੂਰੇ ਹਿੰਦੁਸਤਾਨ ਦੇ ਵਿੱਚ, ਇਨਫੈਕਟ ਏਸ਼ੀਆ ਦੇ ਵਿੱਚ ਜਿੰਨੀ ਤੁਸੀਂ ਕਾਮੇਡੀ ਦੇਖ ਰਹੇ ਹੋ, ਸੁਣ ਰਹੇ ਹੋ, ਹਨਾ, ਉਹ ਸਾਰੇ ਪੱਕੇ ਅੰਮ੍ਰਿਤਸਰ ਬੇਸਿਕਲੀ ਸਿੱਧੇ ਪੰਜਾਬ ਸੀਗਾ ਪੂਰਾ, ਬਟ ਪਰਟੀਕੁਲਰਲੀ ਅੰਮ੍ਰਿਤਸਰ ਬੈਲਟ, ਜਲੰਧਰ, ਫਰੀਦਕੋਟ, ਆਪਣੇ ਆਪਣੇ ਹੀ ਉਹ ਸਾਰਾ ਫਲੇਵਰ ਸਾਲ ਏਸ਼ੀਆ ਦੇ ਵਿੱਚ ਟਰੈਵਲ ਕੀਤੀ, ਸੇਮ ਟਾਈਪ ਦੀ ਕਾਮੇਡੀ, ਉਹੀ ਲਾਹੌਰ, ਅੰਮ੍ਰਿਤਸਰ, ਤੇ ਮਤਲਬ ਉਹ ਕਾਮੇਡੀ ਦਾ ਫਲੇਵਰ ਹੈ ਨਾ ਸਾਡੇ ਪੰਜਾਬੀਆਂ ਨੇ ਜਾ ਕੇ ਉੱਥੇ ਨਵਾਂਪਨ ਦਿੱਤਾ। ਉਸ ਤੋਂ ਪਹਿਲਾਂ ਸ਼ੇਖਰ ਸੁਮਨ ਜੀ ਸੀਗੇ, ਸ਼ੋਅ ਆਉਂਦਾ ਸੀ ਉਹਨਾਂ ਦਾ, ਮੂਵਰ ਦੈਨ ਸ਼ੇਖਰ, ਰਾਜ ਸ਼੍ਰੀਵਾਸਤਵ ਸੀਗੇ, ਬਟ ਜਦੋਂ ਸਾਡੀ ਪੂਰੀ ਪੰਜਾਬੀਆਂ ਦਾ ਪੂਰਾ ਇਹ ਗੈਂਗ, ਪੂਰੇ ਬੰਦੇ ਤੋਲਾ ਗਿਆ ਉੱਥੇ, ਤੇ ਇੱਕਦਮ ਨਵਾਂਪਨ ਆਇਆ, ਤੇ ਹਨਾ ਰੱਬ ਮਿਹਰ ਕਰੇ, ਹੁਣ ਤੱਕ ਸਾਰੇ ਆਪਣੇ ਹੀ ਤਰੀਕੇ ਦੀ ਕਾਮੇਡੀ, ਆਪਣੇ ਹੀ ਲੋਕ ਕਾਮੇਡੀ ਕਰ ਰਹੇ ਨੇ। ਹਿੰਦੁਸਤਾਨ ਦਾ ਜਿਹੜਾ ਬੈਸਟ ਕਮੇਡੀਅਨ ਆ ਕਪਿਲ ਸ਼ਰਮਾ, ਉਹ ਆਪਣੇ ਅੰਮ੍ਰਿਤਸਰ ਤੋਂ ਆ, ਤੇ ਉਹੀ ਗੱਲਾਂ ਅੱਜ ਛੋਟੇ ਹੁੰਦੇ ਸੁਣਦੇ ਆ ਰਹੇ ਹਾਂ, ਇੱਥੇ ਲੋਕਾਂ ਨੂੰ ਆ ਕੇ ਲੱਗਾ ਵੀ ਕਿਆ ਬਾਤ, ਕਿੰਨੀ ਸੋਹਣੀ ਕਾਮੇਡੀ ਕਰਦੇ ਆ। ਪਰ ਦੇਖਿਆ ਜਾਵੇ ਤੇ ਪੰਜਾਬ ਦੇ ਵਿੱਚ ਉਹ ਤੇ ਕਿਸੇ ਰਿਕਸ਼ੇ ਵਾਲੇ ਨੂੰ, ਕਿਸੇ ਪੁਲਿਸ ਵਾਲੇ ਨੂੰ, ਕਿਸੇ ਬੰਦੇ ਨੂੰ ਆਵਾਜ਼ ਮਾਰ ਕੇ ਦੇਖ ਲਓ, ਉਹਦੀ ਲਹਿਜੇ, ਉਹਦੀ ਟੋਨ ਚ ਹੀ ਕਮੇਡੀ ਆ, ਤੇ ਉਹੀ ਚੀਜ਼ ਆ ਨਵਾਂਪਨ ਸੀਗਾ ਬੰਬੇ ਵਾਸਤੇ ਜੀ। ਅੱਛਾ ਟਿੰਗਰਾ ਸਾਹਿਬ, ਮੈਂ ਜੇ ਮੈਂ ਤੁਹਾਨੂੰ ਐਕਟਿੰਗ ਕਰਦਿਆਂ ਵੀ ਵੇਖਿਆ ਹਨਾ ਜੀ, ਤੇ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਹੈ ਕਿ ਤੁਸੀਂ ਇੱਕ ਬਹੁਤ ਵਧੀਆ ਅਦਾਕਾਰ ਜੇ, ਰਾਦਰ ਦੈਨ ਤੁਸੀਂ ਡਾਇਰੈਕਟਰ ਹੋ, ਤੁਸੀਂ ਸਾਬਤ ਕੀਤਾ ਵਾ, ਹੁਣ ਤੁਸੀਂ ਐਜ਼ ਅ ਮੂਵੀ ਵੀ ਡਾਇਰੈਕਟ ਕਰਕੇ ਲੈ ਕੇ ਆ ਰਹੇ ਹੋ, ਕੀ ਕਾਰਨ ਹੋ ਗਿਆ ਕਿ ਟਿੰਗਰਾ ਸਾਹਿਬ ਨੇ ਡਾਇਰੈਕਸ਼ਨ ਚੁਣ ਲਈ ਰਾਦਰ ਦੈਨ ਗੋਇੰਗ ਟੂ ਐਕਟਿੰਗ? ਤੁਸੀਂ ਬਹੁਤ ਵਧੀਆ ਅਦਾਕਾਰ ਰਹੇ ਹੋ, ਮੈਨੂੰ ਯਾਦ ਆ ਯੂਥ ਫੈਸਟੀਵਲ ਦੇ ਵਿੱਚ ਬਹੁਤ ਵਾਰੀ ਤੁਸੀਂ ਬੈਸਟ ਐਕਟਰ ਚੁਣੇ ਜਾ ਚੁੱਕੇ ਹੋ, ਬਾਹਰ ਦੀਆਂ ਸਟੇਜਿਸ ਦੇ ਉੱਤੇ ਵੀ ਤੁਸੀਂ ਬੈਸਟ ਐਕਟਰ ਰਹੇ, ਪਰ ਡਾਇਰੈਕਸ਼ਨ ਕਿਉਂ, ਕਿਉਂ ਐਕਟਿੰਗ ਵੱਲ ਕਿਉਂ ਨਹੀਂ ਗਿਆ ਧਿਆਨ ਆਪਣਾ? ਇਹ ਵੀ ਚੱਕਰ ਹੈ ਵੈਸੇ, ਸਾਡੇ ਪੰਜਾਬ ਦੇ ਬਹੁਤ ਵੱਡੇ ਵੱਡੇ ਮਹਾਨ ਕਲਾਕਾਰ, ਵੱਡੇ ਕਲਾਕਾਰ ਦੇਵਾਨੰਦ ਸਾਹਿਬ ਤੇ ਰਾਜੇਸ਼ ਖੰਨਾ ਜੀ, ਤੇ ਹਨਾ ਸ਼ਾਹਰੁਖ ਖਾਨ ਦਿੱਲੀ ਤੋਂ ਸੀਗੇ, ਅਕਸ਼ੇ ਕੁਮਾਰ ਅੰਮ੍ਰਿਤਸਰ ਦੇ ਜੰਮ ਵਾਲੇ, ਉਹਨਾਂ ਦਾ ਅਚਲਾ ਬਰਦਾਸ਼ ਸਾਨੀ, ਵੱਡੇ ਵੱਡੇ ਕਲਾਕਾਰ ਰਾਈਟਰ ਨਿਕਲੇ, ਤੇ ਮੈਨੂੰ ਇਹ ਸੀਗਾ ਵੀ ਹੁਣ ਸਾਰੇ ਐਕਟਰ ਕਲਾਕਾਰ ਰਾਈਟਰ ਦੇ ਹੋ ਗਏ, ਉਹ ਇੱਕ ਨਾ ਐਕਟਰ ਵੀ ਨਿਕਲਣਾ ਚਾਹੀਦਾ, ਤੇ ਬਸ ਇਹ ਵੀ ਮੈਂ ਵੀ ਆਪਣਾ ਸਫ਼ਰ ਜਿਹੜਾ ਸ਼ੁਰੂ ਐਕਟਿੰਗ ਤੋਂ ਕੀਤਾ ਸੀਗਾ ਜੀ ਜੀ, ਪਰ ਕਰਦੇ ਕਰਾਉਂਦੇ ਖੁਦ ਨੀ ਸਮਝ ਆਇਆ ਹਨਾ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 2000 ਚ ਪਾਸ ਆਊਟ ਹੋ ਕੇ ਆਇਆ ਤੇ ਵਾਪਸ, ਤੇ ਸਾਡੇ ਪ੍ਰੋਫੈਸਰ ਰਵਿੰਦਰ ਸਿੰਘ ਕਹਿੰਦੇ ਵੀ ਯਾਰ ਤੂੰ ਸਾਡੇ ਇੱਥੋਂ ਪੜ੍ਹਾਈ ਕਰਕੇ ਆਇਆ ਥੀਏਟਰ ਦੀ, ਤੇ ਤੂੰ ਕਿਉਂ ਨੀ ਖਾਲਸਾ ਕਾਲਜ ਜੀ ਡਰਾਮਾ ਡਾਇਰੈਕਟ ਕਰਦਾ, ਤੇ ਮੈਂ ਵੀ ਡਰਦੇ ਡਰਦੇ ਹਾਂ ਕਿਹਾ ਤੇ ਵੀ ਹਾਂਜੀ ਸਰ ਕਰ ਲੈਂਦੇ ਜੀ, ਰੱਬ ਵੱਲੋਂ ਪਿੱਤਰ ਤੇ ਕਲਿੱਕ ਕਰ ਗਿਆ, ਸਾਨੂੰ ਬੜਾ ਪਸੰਦ ਆਇਆ, ਤੇ ਉਹ ਥੋੜਾ ਜਿਹਾ ਕੋਨਫੀਡੈਂਸ ਆ ਗਿਆ ਵੀ ਹਾਂ ਡਾਇਰੈਕਸ਼ਨ ਕਰ ਸਕਦੇ ਹਾਂ। ਉਸ ਤੋਂ ਬਾਅਦ ਇੱਕ ਪਲੇ ਕੀਤਾ ਸੀ ਫੁੱਲ ਲੈਂਥ, ਜਿਹਦੇ ਵਿੱਚ ਗੁਰਜੀਤ ਸੋਢੀ ਜਿਹੜੇ ਕਿ ਇਸ ਟਾਈਮ ਇੰਟਰਵਿਊ ਲੈ ਰਹੇ ਨੇ, ਸੋਢੀ ਸਾਹਿਬ ਨੇ ਅਸੀਂ ਇਕੱਠਾ ਪਲੇ ਕੀਤਾ ਸੀਗਾ ਮਿਰਚ ਮਸਾਲਾ, ਜਿਹਦੇ ਵਿੱਚ ਇਹਨਾਂ ਨੇ ਇੰਨਾ ਸੋਹਣਾ ਕਰੈਕਟਰ ਕੀਤਾ ਸੀ ਵੀਰਾ ਜੀ ਦਾ, ਔਰ ਇੰਨਾ ਟ੍ਰਮੈਂਡਸ, ਇੰਨਾ ਕਮਾਲ ਦਾ ਕਰੈਕਟਰ ਸੀਗਾ ਕਿ ਅਸੀਂ ਜਦੋਂ ਪਲੇ ਕਪਿਲ ਵੀ ਦੇਖਿਆ ਹੁੰਦਾ ਸੀ ਰਿਹਰਸਲ, ਤੇ ਵੀਰਾ ਜੀ ਦਾ ਕਰੈਕਟਰ ਦੇਖਣਾ ਸੋਢੀ ਸਾਹਿਬ ਦਾ, ਤੇ ਕਹਿਣਾ ਯਾਰ ਕਿਆ ਬਾਤ, ਮੁੰਡਾ ਕੌਣ ਐਕਟਰ, ਤੇ ਕਦੀ ਕਦੀ ਇਹ ਵੀ ਹੁੰਦਾ ਸੀਗਾ ਕਿ ਵੈਸੇ ਤੇ ਸਾਰੀ ਟੀਮ ਉਹਦੀ ਕਲਾ ਕੰਮ ਕਰਦੀ ਸੀ, ਪਰ ਸੋਢੀ ਸਾਹਿਬ ਨੇ ਜਿਹੜਾ ਉਹ ਕਰੈਕਟਰ ਕੀਤਾ ਇੰਨਾ ਬਿਊਟੀਫੁਲ ਕੀਤਾ ਜੀ। ਅੱਜ ਵੀ ਮੈਂ ਅੰਮ੍ਰਿਤਸਰ ਜਾਂਦਾ ਤੇ ਸਾਡੇ ਜਿਹੜੇ ਰਾਈਟਰ ਸੀਗੇ ਨਾਸ਼ਾ ਤੇ ਓਨਰ ਸੀਗੇ, ਉਹ ਅੱਜ ਵੀ ਯਾਦ ਕਰਦੇ ਕਿ ਯਾਰ ਸੋਢੀ ਨੇ ਬਹੁਤ ਸੋਹਣਾ ਕਰੈਕਟਰ ਕੀਤਾ, ਤੇ ਇਹ ਵੀ ਇੱਕ ਚੱਕਰ ਸੀਗਾ ਮੇਰੇ ਤੋਂ ਇਲਾਵਾ ਕਲਾਕਾਰ ਜ਼ਿਆਦਾ ਵਧੀਆ ਸੀਗੇ, ਐਕਟਰ ਇੰਨੇ ਵਧੀਆ ਸੀਗੇ ਤੇ ਮੈਨੂੰ ਵਧੋ ਵਧੀ ਡਾਇਰੈਕਸ਼ਨ ਜਾਣਾ ਪੈ ਗਿਆ ਕਰ ਲੈਂਦੇ ਆ, ਤੇ ਉਹੀ ਕਾਮਯਾਬ ਨੇ ਫਿਲਮਾਂ ਦੇ ਵਿੱਚ।
ਅੱਛਾ ਨਹੀਂ ਵੈਸੇ ਡਿੰਗਾ ਸਾਹਿਬ ਵੈਸੇ ਹਾਂਜੀ ਹਾਂਜੀ ਵੈਸੇ ਮਜ਼ਾਕ ਜਾਂ ਕੁਛ ਵੀ ਆ, ਪਰ ਤੁਹਾਨੂੰ ਕੀ ਲੱਗਦਾ ਇਹ ਜਿਹੜਾ ਟ੍ਰੈਂਡ ਆ, ਠੀਕ ਹੈ ਨਾ ਜੀ, ਆਪਾਂ ਵੇਖੋ ਬਹੁਤ ਵਧੀਆ ਗੱਲ ਆ ਕਿ ਸਿੰਗਰ ਜਿਹੜੇ ਐਕਟਰ ਆ ਰਹੇ ਆ, ਹੈ ਨਾ, ਪਰ ਜਿਹੜੇ ਕਿਤੇ ਨਾ ਕਿਤੇ ਇਕੱਲੇ ਹੌਲੀ ਸੋਲੀ ਐਕਟਰ ਆ, ਤੁਹਾਨੂੰ ਨਹੀਂ ਲੱਗਦਾ ਉਹਨਾਂ ਲਈ ਬਹੁਤ ਜ਼ਿਆਦਾ ਔਖਾ ਆ? ਤਾਂ ਹੀ ਸ਼ਾਇਦ ਅੱਜ ਕੱਲ੍ਹ ਉਹ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਗਾਣਾ ਸਿੱਖ ਕੇ ਅਤੇ ਪਹਿਲਾਂ ਜਿਹੜੀ ਆਪਣੀ ਕੈਸੇਟ ਜਾਂ ਕੋਈ ਨਾ ਕੋਈ ਇੱਕ ਯੂਟਿਊਬ ਦੇ ਉੱਤੇ ਗਾਣਾ ਚਲਾ ਕੇ ਫਿਰ ਉਹ ਮੂਵੀਜ਼ ਵੱਲ ਆਉਂਦੇ ਆ। ਤੁਸੀਂ ਇਹ ਟ੍ਰੈਂਡ ਬਾਰੇ ਕੀ ਕਹਿਣਾ ਚਾਹੋਗੇ? ਮੈਨੂੰ ਪਤਾ ਤੁਸੀਂ ਅਮਰਿੰਦਰ ਜੀ ਦੇ ਨਾਲ ਇਸ ਟਾਈਮ ਮੂਵੀ ਕੀਤੀ ਆ, ਡਾਇਰੈਕਟ ਕੀਤੀ ਆ, ਪਰ ਤੁਹਾਡਾ ਮੈਂ ਪਰਸਨਲੀ ਵਿਊ ਜਾਣਨਾ ਚਾਹੂੰਗਾ, ਤੁਸੀਂ ਕੀ ਸਮਝਦੇ ਹੋ ਪੰਜਾਬੀ ਇੰਡਸਟਰੀ ਦਾ ਕਿੰਨਾ ਕੁ ਵਧੀਆ ਆ ਇਹ ਜੋ ਰੁਝਾਨ ਆ? ਜੀ ਦੇਖੋ, ਐਕਚੁਅਲੀ ਕੀ ਚੱਕਰ ਹੈ ਕਿ ਐਜ਼ ਅ ਜਦੋਂ ਕੋਈ ਵੀ ਸਿੰਗਰ ਹੈ, ਚਾਹੇ ਅਮਰਿੰਦਰ ਭਾਜੀ ਨੇ, ਚਾਹੇ ਦਲਜੀਤ ਦੋਸਾਂਝ ਆ, ਤੇ ਜਿੰਨੇ ਵੀ ਐਕਟਰ ਸਿੰਗਰ ਨੇ, ਇਹਨਾਂ ਨੂੰ ਇਸ ਗੱਲ ਦਾ ਚਲੋ ਫਾਇਦਾ ਇੱਕ ਜ਼ਰੂਰ ਹੁੰਦਾ ਕਿ ਇਹ ਪਬਲਿਕ ਫਿਗਰ ਹੁੰਦੇ ਆ, ਲੋਕਾਂ ਦੇ ਵਿੱਚ ਇਹਨਾਂ ਦੇ ਦਿਲਾਂ ਦੇ ਵਿੱਚ ਇਹਨਾਂ ਲਈ ਪਿਆਰ ਹੁੰਦਾ, ਤੇ ਉਸ ਚੀਜ਼ ਦਾ ਇਹਨਾਂ ਨੂੰ ਫਾਇਦਾ ਹੋ ਜਾਂਦਾ, ਤਾਂ ਕਿ ਫਿਲਮ ਨੂੰ ਕਮਰਸ਼ੀਅਲੀ ਬੜਾ ਬੈਨੀਫਿਟ ਹੋ ਜਾਂਦਾ, ਕਮਰਸ਼ੀਅਲ ਲੈਵਲ ਤੇ, ਕਮਰਸ਼ੀਅਲ ਐਂਗਲ ਤੇ, ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਆਡੀਅੰਸ ਆਉਂਦੀ ਹੈ ਦੇਖਣ ਵਾਸਤੇ। ਬਾਕੀ ਨਵੇਂ ਐਕਟਰ ਵਾਸਤੇ ਵੀ ਤੇ ਇਹਨਾਂ ਲਈ ਉਹਨਾਂ ਔਖਾ ਸੀ, ਜਿਸ ਦਿਨ ਅਮਰਿੰਦਰ ਗਿੱਲ ਹੁਣੀ ਸਿੰਗਰ ਬਣਨ ਵਾਸਤੇ ਆਏ ਸੀਗੇ, ਉਸ ਰਸਤੇ ਤੇ ਤੁਰੇ ਸੀਗੇ, ਤੇ ਉਹਨਾਂ ਲਈ ਵੀ ਓਨਾ ਹੀ ਮੁਸ਼ਕਿਲ ਸੀਗਾ ਸਿੰਗਰ ਬਣਨਾ। ਤੇ ਕਿਸੇ ਵੀ ਐਕਟਰ ਲਈ ਐਕਟਰ ਬਣਨਾ ਜਾਂ ਸਿੰਗਰ ਬਣਨਾ ਬੜਾ ਪੇਨਫੁਲ ਪ੍ਰੋਸੈਸ ਹੈ। ਇਹ ਜਦੋਂ ਅਸੀਂ ਸਾਹਮਣੇ ਦੇਖਦੇ ਹਾਂ ਕਿਸੇ ਐਕਟਰ ਨੂੰ ਜਾਂ ਕਿਸੇ ਸਿੰਗਰ ਨੂੰ ਕਿਸੇ ਨੂੰ ਪਰਫਾਰਮ ਕਰਦੇ ਹਾਂ, ਦੇਖਦੇ ਹਾਂ, ਮਜ਼ਾ ਆਉਂਦਾ ਤੇ ਅੱਛਾ ਲੱਗਦਾ, ਬਟ ਉਹਦਾ ਜਿਹੜਾ ਸਫ਼ਰ ਹੈ ਨਾ ਉਹ ਓਨਾ ਹੀ ਡਿਫੀਕਲਟ ਹੁੰਦਾ। ਚੱਕਰ ਇਹ ਹੈ ਕਿ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਜਾਂ ਕਿਸੇ ਵੀ ਤੁਸੀਂ ਪੁਰਾਣੇ ਬਾਲੀਵੁੱਡ ਚਲ ਜਾਓ, ਮਿਊਜ਼ਿਕ ਦਾ ਵੱਡਾ ਯੋਗਦਾਨ ਹੈ ਸਾਡੀ ਇੰਡਸਟਰੀ ਦੇ ਵਿੱਚ, ਮਿਊਜ਼ਿਕ ਦਾ ਬਹੁਤ ਵੱਡਾ ਯੋਗਦਾਨ ਰਿਹਾ, ਚਾਹੇ ਬਾਲੀਵੁੱਡ ਕਹਿ ਲਈਏ ਚਾਹੇ ਆਪਣੀ ਪੰਜਾਬੀ ਸਿਨੇਮਾ। ਤੇ ਉਸ ਮਿਊਜ਼ਿਕ ਨੇ ਸਾਡੀ ਬੜੀ ਵੱਡੀ ਸਟਰੈਂਥ ਰਹੀ ਹੈ ਗੋਰਿਆਂ ਦੀ। ਤੁਸੀਂ ਹਾਲੀਵੁੱਡ ਦੀ ਫਿਲਮਾਂ ਵੇਖ ਲਓ, ਉਹਦੇ ਵਿੱਚ ਮਿਊਜ਼ਿਕ ਦਾ ਬਹੁਤ ਵੱਡਾ ਕੋਈ ਯੋਗਦਾਨ ਨਹੀਂ ਇਸ ਤਰ੍ਹਾਂ ਹੁੰਦਾ, ਤੇ ਸਾਡਾ ਜਿਹੜਾ ਮਿਊਜ਼ਿਕ ਹੈ ਨਾ ਉਹਦੇ ਕਰਕੇ ਸਾਡੀ ਕਮਰਸ਼ੀਅਲ ਵੈਲਿਊ ਜਿਹੜੀ ਨਾ ਉਹ ਥੋੜ੍ਹੀ ਜਿਹੀ ਵੱਧ ਜਾਂਦੀ ਹੈ। ਸਿੰਗਰ ਸਾਡੇ ਨਾਲ ਇਹਨਾਂ ਨੇ ਸਾਡਾ ਹੈ ਨਾ, ਅਸੀਂ ਇਹਨਾਂ ਨੂੰ ਲੈਂਦੇ ਹਾਂ ਤੇ ਸਾਨੂੰ ਇੱਕ ਬੈਨੀਫਿਟ ਹੋ ਜਾਂਦਾ। ਬਟ ਬੀਂਗ ਅ ਡਾਇਰੈਕਟਰ, ਮੈਂ ਵੀ ਹਮੇਸ਼ਾ ਵੇਟ ਕਰਦਾ ਜਾਂ ਇੰਤਜ਼ਾਰ ਰਹਿੰਦਾ ਕਿ ਕਿਵੇਂ ਐਕਟਰ ਜਿਹੜੇ ਹੈਗੇ ਆ ਉਹਨਾਂ ਨੂੰ ਯੂਜ਼ ਕੀਤਾ ਜਾਵੇ। ਮੈਂ ਫੋਰ ਐਗਜ਼ਾਮਪਲ, ਹਾਲਾਂਕਿ ਸੀਨੀਅਰ ਕਲਾਕਾਰ ਨੇ, ਮੈਡਮ ਨਿਜ਼ਮ ਰਿਸ਼ੀ ਯੋਗਰਾਜ ਜੀ ਹੋ ਗਏ, ਰਣਵੀਰ ਜੀ ਹੋ ਗਏ, ਬੀਰ ਢਿੱਲੋਂ ਹੋ ਗਏ, ਇਹ ਸਾਰੇ ਐਕਟਿੰਗ ਬੈਲਟ ਤੋਂ ਨੇ ਸਾਰੇ। ਅਸੀਂ ਇਹ ਗੱਲ ਜ਼ਰੂਰ ਹੈ ਕਿ ਸਾਡੇ ਕੋਲ ਹੀਰੋ ਜਿਹੜੇ ਹਲੇ ਐਕਟਰ ਐਕਟਿੰਗ ਵਾਲੀ ਬੈਲਟ ਤੋਂ ਨਹੀਂ ਆਏ, ਉਹ ਜ਼ਿਆਦਾ ਸਿੰਗਿੰਗ ਬੈਕਗ੍ਰਾਉਂਡ ਤੋਂ ਨੇ। ਬਟ ਸਿਨੇਮੇ ਦੇ ਵਿੱਚ ਤੁਸੀਂ ਦੇਖੋ ਬੜੇ ਟੈਲੈਂਟ, ਬੜੇ ਕਮਾਲ ਦੇ ਕਲਾਕਾਰ ਨੇ, ਨਿਰਮਲ ਰਿਸ਼ੀ ਹੋਣੀ ਕਮਾਲ ਦੇ ਕਲਾਕਾਰ ਨੇ, ਉਹ ਤੁਸੀਂ ਉਹਨਾਂ ਨੂੰ ਕੰਪੇਅਰ ਕਰੋ ਜ਼ੋਰਾ ਸਾਹਿਲ, ਉਜਰਾ ਭੱਟ, ਉਹਨਾਂ ਦੇ ਇੱਕ ਕਮਾਲ ਉਸ ਲੈਵਲ ਦੇ ਕਲਾਕਾਰ ਨੇ, ਨਸੀਰਉਦੀਨ ਸ਼ਾਹ ਤੇ ਉਹ ਪੂਰੀ ਉਸ ਤਰ੍ਹਾਂ ਦਾ ਉਹਨਾਂ ਦਾ ਮਿਆਰ ਹੈ। ਹਾਂ, ਬਟ ਸਾਡੇ ਕੋਲ ਜਿਹੜੇ ਹੀਰੋ ਨੇ ਇਸ ਟਾਈਮ ਉਹ ਸਾਰੇ ਤਕਰੀਬਨ ਸਿੰਗਿੰਗ ਬੈਲਟ ਹੁੰਦੇ, ਬਟ ਜਲਦੀ ਹੀ ਨਵੇਂ ਮੁੰਡੇ ਯੰਗ ਕੁੜੀਆਂ ਮੁੰਡੇ ਆ ਰਹੇ ਨੇ ਜਿਹੜੇ ਕਿ ਤੁਸੀਂ ਦੇਖੋਗੇ ਨਵੀਆਂ ਫਿਲਮਾਂ ਵਿੱਚ ਐਜ਼ ਅ ਹੀਰੋ, ਐਜ਼ ਅ ਤੁਹਾਡੀ ਸਮਝ ਨੀ ਆਉਂਦੀ, ਤੁਹਾਡੇ ਨਾ ਪੰਜਾਬੀ ਫਿਲਮਾਂ ਵਾਲਿਆਂ ਨਾਲ ਗਿਲਾ ਆ ਜੀ, ਤੁਹਾਡਾ ਆਸਟ੍ਰੇਲੀਆ ਨਾਲ ਕੋਈ ਵੈਰ ਆ ਯਾਰ? ਦੁਨੀਆਂ ਦੀ ਲਵੇਬਲ ਸਿਟੀ ਸਾਡੀ ਹੋਵੇ ਮੈਲਬਨ ਹੈ, ਤੇ ਤੁਸੀਂ ਜਾ ਕੇ ਕੈਨੇਡਾ ਸ਼ੂਟਿੰਗ ਕਰੋ, ਇਹ ਕੋਈ ਗੱਲ ਬਣਦੀ ਆ ਭਾਜੀ? ਦੇਖੋ ਜੀ, ਇੱਥੇ ਕਹਿੰਦੇ ਨਾ ਇਹ ਸਥਾਨ ਮੇਰਾ ਨਾ, ਦੇਖੇ ਮੁੰਡੇ ਨੇ ਲਿਖੀ, ਮੁੰਡਾ ਫਗਵਾੜੇ ਦਾ, ਨਾ ਉਹਨੇ ਲਾਈਨ ਲਿਖੀ ਨਾ ਇਹ ਸਥਾਨ ਮੇਰਾ ਨਾ ਉਹ ਸਥਾਨ ਮੇਰਾ, ਮੈਂ ਸਾਰੇ ਜਹਾਨ, ਸਾਰਾ ਜਹਾਨ ਮੇਰਾ ਜੀ, ਤੇ ਸਾਰਾ ਜਹਾਨ ਹੀ ਆਪਣਾ ਸਾਡੇ ਪੰਜਾਬੀ ਕਿੱਥੇ ਨਹੀਂ। ਮੈਨੂੰ ਦੱਸੋ, ਮੈਂ ਅਸੀਂ ਉਹ ਗੱਲ ਕਰਦੇ ਸੀ ਜਿਵੇਂ ਅਲਾਸਕਾ ਦੇ ਪ੍ਰਤੀ, ਕਿੱਥੇ ਜਿੱਥੇ -32 -70 ਉੱਥੇ ਵੀ ਆਪਣਾ ਪੰਜਾਬੀ ਬੰਦਾ ਕੋਈ ਨੀ ਲੱਭ ਜਾਂਦਾ, ਤੇ ਕੈਨੇਡਾ ਵੀ ਆਪਣਾ, ਆਸਟ੍ਰੇਲੀਆ ਵੀ ਆਪਣਾ ਹੈ ਨਾ। ਬੜੀ ਜਲਦੀ ਅਮਰਿੰਦਰ ਭਾਜੀ ਪਲਾਨ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਫਿਲਮ ਕਰਨ ਦੀ, ਉੱਪਰ ਡਰਾਈਵਰ ਢਿੰਗਰਾ ਸਾਹਿਬ ਡਾਇਰੈਕਟਰ ਤੇ ਤੁਹਾਨੂੰ ਪਤਾ ਉਹਦੇ 'ਚ ਤੇ ਸਾਨੂੰ ਕੋਈ ਸ਼ੱਕ ਨਹੀਂ ਹੈ, ਆਪਾਂ ਤੁਹਾਡਾ ਬੜੇ ਚਿਰ ਦਾ ਸਾਨੂੰ ਪਤਾ ਲੋਹਾ ਤੁਹਾਡਾ ਮੰਨ ਚੁੱਕਿਆ, ਪਰ ਪੋਲਿਟਿਕਸ ਵਿੱਚ ਟਰਾਈ ਕਰ ਸਕਦੇ ਹੋ ਤੁਸੀਂ, ਇਹ ਪੋਲਿਟਿਕਸ 'ਚ ਕਦੋਂ ਜਾ ਰਹੇ ਹੋ? ਹਾਂਜੀ, ਪੋਲਿਟਿਕਸ 'ਚ ਰਣਜੋਤ ਭਾਜੀ ਕਹਿੰਦੇ ਕਦੋਂ ਜਾ ਰਹੇ ਹੋ ਤੁਸੀਂ? ਆਹ ਜਿਹੜੀ ਆਵਾਜ਼ ਘੱਟ ਆਉਣ ਵਾਲਾ ਚੱਕਰ ਹੈ ਨਾ, ਇਹ ਵੀ ਉਹਦਾ ਹੀ ਪਾਰਟ ਹੁੰਦਾ ਪੋਲਿਟਿਕਸ। ਜਦੋਂ ਵਿੱਚ ਤੁਹਾਨੂੰ ਇੱਥੇ ਇੰਨਾ ਪਿਆਰ ਮਿਲਦਾ, ਇੰਨੇ ਤੁਹਾਨੂੰ ਲੋਕ, ਤੁਸੀਂ ਪਿਆਰ ਵੀ ਮਿਲਦਾ ਪਿਆ ਤੇ ਲੋਕਾਂ ਲਈ ਕੰਮ ਵੀ ਕਰ ਰਹੇ ਹੋ,
ਪੋਲਿਟਿਕਸ ਜਾ ਕੇ ਵੀ ਤੁਸੀਂ ਲੋਕਾਂ ਲਈ ਕੰਮ ਕਰਨਾ ਹੈ, ਉਹ ਤੁਸੀਂ ਪੋਲੀਟੀਕਲ ਤਰੀਕੇ ਨਾਲ ਕਰ ਲਓ ਤੇ ਚਾਹੇ ਆਰਟਿਸਟਿਕ ਤਰੀਕੇ ਨਾਲ ਕਰ ਲਓ, ਹਨਾ ਸੇਮ ਗੱਲ ਆ। ਬਟ ਮੈਨੂੰ ਲੱਗਦਾ ਕਿ ਮੈਨੂੰ ਇਹ ਫੀਲ ਹੁੰਦਾ ਪਰਸਨਲੀ ਕਿ ਤੁਸੀਂ ਆਰਟਿਸਟਿਕਲੀ ਲੋਕਾਂ ਨੂੰ ਇੰਸਪਾਇਰ ਕਰ ਦਿਓ, ਇੰਸਪੀਰੇਸ਼ਨਲ ਤੋਂ ਫਿਲਮ ਬਣਾ ਦਿਓ ਕਿਸੇ ਲਈ ਕੋਈ, ਹਨਾ ਤੁਹਾਡੀ ਫਿਲਮ ਵੇਖ ਕੇ ਕੋਈ, ਸਾਡੀ ਜਿਸ ਤਰ੍ਹਾਂ ਲਵ ਪੰਜਾਬ ਫਿਲਮ 11 ਮਾਰਚ ਨੂੰ ਰਿਲੀਜ਼ ਹੋ ਰਹੀ ਆ, ਇਹ ਫਿਲਮ ਵੇਖ ਕੇ ਕਿਸੇ ਇੱਕ ਪਰਿਵਾਰ ਦਾ ਜਿਹੜੇ ਕਿਸੇ ਚ ਲੜਾਈ ਝਗੜਾ ਕੋਈ ਵੈਰ ਵਿਰੋਧ ਚੱਲਦਾ ਪਿਆ, ਜੇ ਉਹ ਪਰਿਵਾਰ ਇੱਕ ਵੀ ਜੁੜ ਗਿਆ ਤੇ ਸਾਡੀ ਫਿਲਮ ਸਫਲ ਹੋ ਜਾਣੀ। ਬਿਲਕੁਲ, ਕੋਈ ਜ਼ਿਆਦਾ ਬਹੁਤਾ ਫਰਕ ਨਹੀਂ ਪੈਂਦਾ ਵੀ ਪੋਲਿਟਿਕਸ ਚਾਹੀਏ ਤੇ ਜੇ ਅਸੀਂ ਆਰਟਿਸਟ ਆਰਟਿਸਟਿਕਲੀ ਜੇ ਅਸੀਂ ਕੁਛ ਕਿਸੇ ਪਰਿਵਾਰ ਲਈ ਜਾਂ ਆਪਣੇ ਕਿਸੇ ਪੰਜਾਬੀ ਪੰਜਾਬ ਵਾਸਤੇ ਕੁਛ ਕਰ ਸਕਦੇ ਹਾਂ ਤੇ ਕੋਈ ਵੱਡਾ ਡਿਫਰੈਂਸ ਨਹੀਂ ਹੈ। ਜੀ ਰਜੀਵ ਭਾਜੀ, ਵੈਸੇ ਮੈਨੂੰ ਵੀ ਇਹ ਗੱਲ ਲੱਗਦੀ ਹੁੰਦੀ ਹੈ ਕੈਨੇਡਾ ਨੋ ਡਾਊਟ, ਕਿਉਂਕਿ ਇੱਕ ਜਿਹੜੇ ਬਰਫ਼ ਵਾਲੇ ਦੇਸ਼ ਹੁੰਦੇ ਆ, ਥੋੜ੍ਹੇ ਜਿਹੇ ਤੁਸੀਂ ਹੁਣ ਡਾਇਰੈਕਟਰ ਹੋ, ਹਨਾ, ਤੁਸੀਂ ਇਹ ਸਾਰੀ ਫਿਲਮ ਡਾਇਰੈਕਟ ਕੀਤੀ ਆ ਤੇ ਤੁਸੀਂ ਇਹ ਚੀਜ਼ ਜ਼ਿਆਦਾ ਵਧੀਆ ਦੱਸ ਸਕਦੇ ਹੋ ਕਿ ਕੈਮਰਾ ਐਂਗਲ ਤੋਂ ਵੀ ਸ਼ਾਇਦ ਜਿਹੜੀਆਂ ਬਰਫੀਲੀਆਂ ਪਹਾੜੀਆਂ ਨੇ ਤੇ ਉਹ ਵਾਦੀਆਂ ਨੇ ਉਹ ਜ਼ਿਆਦਾ ਸੋਹਣੀਆਂ ਲੱਗਦੀਆਂ। ਇਹ ਵੀ ਇੱਕ ਕਾਰਨ ਹੋ ਸਕਦਾ ਨਾ ਕੈਨੇਡਾ ਸ਼ੂਟਿੰਗ ਜ਼ਿਆਦਾ ਹੋਣ ਦਾ? ਨਹੀਂ, ਕੈਨੇਡਾ ਆਪਣੇ ਆਪ ਦੇ ਵਿੱਚ ਸੀਨਿਕ ਬਿਊਟੀ ਬਹੁਤ ਆ, ਕੈਨੇਡਾ ਲੈਂਡਸਕੇਪ ਬਹੁਤ ਸੋਹਣਾ, ਬਹੁਤ ਅਸੀਂ ਸ਼ੂਟ ਕਰਕੇ ਆਏ ਹਾਂ, ਐਕਸਫੋਰਡ ਦੇ ਉਧਰਲੇ ਪਾਸੇ ਬਹੁਤ ਸੋਹਣੀ ਆ। ਬਟ ਇਹ ਚ ਕੋਈ ਸ਼ੱਕ ਨੀ ਵੀ ਆਸਟ੍ਰੇਲੀਆ ਵੀ ਓਨਾ ਹੀ ਖੂਬਸੂਰਤ ਹੈ, ਇਹ ਚ ਕੋਈ ਸ਼ੱਕ ਨੀ ਪੰਜਾਬ ਵੀ ਉਹੀ ਖੂਬਸੂਰਤ ਹੈ, ਬਟ ਇਹ ਕਿ ਤੁਸੀਂ ਕਿਸ ਨਜ਼ਰੀਏ ਤੋਂ ਦਿਖਾਉਂਦੇ ਪਏ ਹੋ ਡਿਪੈਂਡ, ਇਹ ਗੱਲ ਕਰਦੀ ਗੱਲ ਇਹ ਡਿਪੈਂਡ ਕਰਦੀ ਤੁਸੀਂ ਕੈਮਰਾ ਵੀ ਉਹੀ ਦਿਖਾ ਰਿਹਾ ਕਿ ਜੋ ਤੁਸੀਂ ਦਿਖਾਉਣਾ ਚਾਹ ਰਹੇ ਹੋ। ਤੇ ਅਸੀਂ ਜੇ ਮੈਂ ਅੱਜ ਕਿਸੇ ਸਟੂਡੈਂਟਸ ਦੇ ਉੱਪਰ ਫਿਲਮ ਬਣਾਉਣਾ ਤੇ ਮੈਨੂੰ ਚੰਗਾ ਲੱਗੇਗਾ ਕਿ ਮੈਂ ਆਸਟ੍ਰੇਲੀਆ ਤੇ ਕਰਾਂ, ਕਿਉਂਕਿ ਸਾਡੇ ਬਹੁਤ ਸਟੂਡੈਂਟਸ ਯੰਗ ਕੁੜੀਆਂ ਮੁੰਡੇ ਜਿਹੜੇ ਉਹ ਆਸਟ੍ਰੇਲੀਆ ਸਟੱਡੀ ਵੀਜ਼ੇ ਤੇ ਗਏ ਨੇ, ਤੇ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਜੇ ਸਟੱਡੀ ਜਾਂ ਸਟੂਡੈਂਟਸ ਦੇ ਉੱਪਰ ਕੁਛ ਜਾਵੇ ਤੇ ਆਸਟ੍ਰੇਲੀਆ ਵਿੱਚ ਬਣਾਇਆ ਜਾਵੇ। ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕੀ ਦਿਖਾਉਣਾ ਚਾਹ ਰਹੇ ਹੋ ਤੇ ਉਹ ਚੀਜ਼ ਨਾਲ ਉਹਦਾ ਕੀ ਲੈਣ ਦੇਣਾ ਉਸ ਕੰਟਰੀ ਦਾ ਜਾਂ ਉਸ ਲੋਕੇਸ਼ਨ ਦਾ ਜਾਂ ਉਸ ਜਗ੍ਹਾ ਦਾ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਸੋ ਆਪਾਂ ਹੁਣ ਫਿਰ ਆਪਣੇ ਸਰੋਤਿਆਂ ਨੂੰ ਕਹਿ ਦਈਏ ਵੀ ਆ ਰਹੇ ਨੇ ਸਾਡੇ ਕੋਲ ਰਜੀਵ ਢਿੰਗਰਾ ਜੀ ਛੇਤੀ। ਜੀ ਸੋ ਮਤਲਬ ਰੈਡੀ ਟੂ ਗੋ ਰਵੇ ਜੀ ਆਸਟ੍ਰੇਲੀਆ, ਰਜੀਵ ਜੀ ਸਾਡੇ ਕੋਲ ਕਿਸੇ ਵੇਲੇ ਵੀ ਆ ਸਕਦੇ ਨੇ ਅਗਲੀ ਫਿਲਮ ਦੇ ਲਈ। ਸਰ ਰਜੀਵ ਜੀ ਫਿਲਮ ਦੇ ਲਈ ਨਹੀਂ ਜੀ, ਉਸ ਤੋਂ ਪਹਿਲਾਂ ਵੀ ਸਰਪ੍ਰਾਈਜ਼ ਦੇ ਸਕਦੇ ਹਾਂ, ਉਸ ਤੋਂ ਪਹਿਲਾਂ ਵੀ ਸਰਪ੍ਰਾਈਜ਼ ਦੇ ਸਕਦੇ ਹਾਂ, ਪਹਿਲਾਂ ਵੀ ਸਰਪ੍ਰਾਈਜ਼ ਹੋ ਸਕਦਾ ਜੀ। ਬਿਲਕੁਲ ਜੀ, ਬਣਦਾ ਵੀ ਹੈ ਜੀ, ਮੇਰੇ ਖਿਆਲ ਜੇ ਇਹ ਵਾਲਾ ਸਰਪ੍ਰਾਈਜ਼ ਹੋ ਜੇ ਜੀ ਤੇ ਬੱਲੇ ਬੱਲੇ ਹੋ ਜੇ। ਕੀ ਖਿਆਲ ਤੁਹਾਡਾ ਢਿੰਗਰਾ ਸਾਹਿਬ? ਅਸੀਂ ਵੈਸੇ ਵਾਕਈ ਇਹ ਗੱਲ ਬਿਲਕੁਲ ਠੀਕ ਆ, ਅਸੀਂ ਬਿਲਕੁਲ ਸਾਡੀ ਪਲੈਨਿੰਗ ਚੱਲ ਰਹੀ ਹੈ ਲਵ ਤੋਂ ਬਾਅਦ ਵੀ ਕਿ ਅਸੀਂ ਆਸਟ੍ਰੇਲੀਆ ਆਈਏ, ਆਸਟ੍ਰੇਲੀਆ ਦੇ ਵਿੱਚ ਅਸੀਂ ਇੱਕ ਨਵਾਂ ਐਕਸਪੈਰੀਮੈਂਟ ਕਰਨਾ ਚਾਹ ਰਹੇ ਹਾਂ, ਸਾਡੀ ਸਾਡੀ ਸਾਰੀ ਅੰਗਰੇਜ਼ ਟੀਮ, ਹੋ ਸਕਦਾ ਰੇਡੀਓ ਹਾਂਜੀ ਦੇ ਇੰਨਾ ਇਹ ਸਾਨੂੰ ਜੇ ਬੁਲਾਉਣ ਵਾਲੇ ਨੇ ਜਲਦੀ, ਇਹਨਾਂ ਦੇ ਵੱਲੋਂ ਆਈਏ ਤੇ ਉੱਥੇ ਇੱਕ ਬੜਾ ਵਧੀਆ ਇੱਕ ਪਰਿਵਾਰਾਂ ਵਾਸਤੇ ਫਿਲਮ ਤੋਂ ਇਲਾਵਾ ਹੀ ਪਲੇ ਹੈਗੀ ਅੱਛਾ ਜਿਹਾ ਇੱਕ ਡਰਾਮਾ ਜਿਹਨੂੰ ਕਿ ਰਣਜੋਤ ਸਿੰਘ ਜੀ ਪ੍ਰੋਡਿਊਸ ਕਰਨ ਵਾਲੇ ਨੇ, ਇਹ ਸਾਰੀ ਟੀਮ ਕਹਿੰਦੇ ਸਾਡੀ ਸਾਰੀ ਟੀਮ ਜਿਹਦੇ ਵਿੱਚ ਸ਼ਾਇਦ ਮੇ ਬੀ ਫਸਟ ਟਾਈਮ ਅਮਰਿੰਦਰ ਗਿੱਲ ਔਨ ਸਟੇਜ ਤੁਹਾਨੂੰ ਸ਼ਾਇਦ ਨਜ਼ਰ ਆਉਣ। ਬਿਲਕੁਲ ਜੀ ਜ਼ਰੂਰ, ਇਹ ਐਕਸਪੈਰੀਮੈਂਟ ਇਹ ਬਹੁਤ ਛੇਤੀ ਇਹ ਸਾਡੇ ਸਰੋਤੇ ਨਜ਼ਰ ਆਉਣਗੇ ਸਾਡੇ ਸਰੋਤਿਆਂ ਨੂੰ ਇਹ ਡਰਾਮੇ। ਸੋ ਇਹ ਜਿਹੜੇ ਵੱਡੇ ਪਰਦੇ ਦੇ ਕਲਾਕਾਰ ਨੇ ਇਹ ਤੁਹਾਨੂੰ ਮਿਲਣਗੇ ਆ ਕੇ ਤੁਹਾਡੀਆਂ ਸਟੇਜਾਂ ਦੇ ਉੱਤੇ ਵੀ। ਸੋ ਬਹੁਤ ਜਲਦ ਜੁੜੇ ਰਹੋ, ਆਪਾਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਾਂਗੇ ਕਦੋਂ ਅਤੇ ਕਿੱਥੇ ਕਿਹੜੇ ਟਾਈਮ, ਪਰ ਬਹੁਤਾ ਟਾਈਮ ਨਹੀਂ ਆ ਇਸ ਚੀਜ਼ ਨੂੰ ਜੀ। ਰਜੀਵ ਜੀ ਕੋਈ ਯਾਦਗਾਰੀ ਪਲ ਜੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਲਵ ਪੰਜਾਬ ਦਾ? ਲਵ ਦਾ ਅਸੀਂ ਜੋ ਸਾਡੇ ਜੋ ਬੜੀ ਪ੍ਰਿਊਲੀ ਹੈ, ਬੜਾ ਸਾਡਾ ਸਿੰਸੇਅਰ ਐਫਰਟ ਹੈ, ਅਸੀਂ ਇਹ ਫਿਲਮ ਨੂੰ ਬੜੀ ਸਿੰਸੇਅਰਲੀ ਬਣਾਇਆ, ਨਾ ਕਿ ਸਿਰਫ ਅਸੀਂ ਪੈਸੇ ਵਾਸਤੇ ਤੇ ਜਾਂ ਸਿਰਫ ਅਸੀਂ ਵਾਹ ਵਾਹ ਛੱਡਣ ਲਈ, ਅਸੀਂ ਐਕਚੁਅਲੀ ਇਹਨੂੰ ਬੜੀ ਸਿੰਸੇਅਰਲੀ ਫਿਲਮ ਨੂੰ ਬਣਾਇਆ। ਸਾਡੀ ਕਮਿਊਨਿਟੀ, ਇਹ ਬੇਸਿਕਲੀ ਸਾਡੀ ਕਮਿਊਨਿਟੀ ਨਹੀਂ, ਵੈਸੇ ਇਹ ਫਿਲਮ ਦੀ ਕਹਿੰਦੇ ਕੋਈ ਲੈਂਗੁਏਜ ਦੀ ਕਿਹੜੀ ਜਿਹੜੀ ਚੰਗੀ ਫਿਲਮ ਉਹਦੀ ਕੋਈ ਲੈਂਗੁਏਜ ਹੁੰਦੀ, ਉਹ ਹਰ ਇੱਕ ਵਾਸਤੇ ਹੁੰਦੀ ਆ ਉਹ, ਬਟ ਅਸੀਂ ਇਹਨੂੰ ਬੜੀ ਸਿੰਸੇਅਰਲੀ ਬਣਾਇਆ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹਨੂੰ ਬੜੇ ਪਿਆਰ ਨਾਲ, ਹਨਾ, ਦੇਖਣਾ ਔਰ ਸਾਨੂੰ ਆਪਣਾ ਫੀਡਬੈਕ ਦਿਓ, ਤੁਹਾਨੂੰ ਫਿਲਮ ਚੰਗੀ ਲੱਗੇ, ਹੋਪਫੁਲੀ ਤੁਹਾਨੂੰ ਚੰਗੀ ਹੀ ਲੱਗੇਗੀ ਕਿਉਂਕਿ ਬੜੀ ਸੱਚੀ ਭਾਵਨਾ ਨਾਲ ਫਿਲਮ ਬਣਾਈ ਹੈ ਸਾਰੀ ਟੀਮ ਨੇ ਤੇ ਤੁਹਾਨੂੰ ਚੰਗੀ ਲੱਗੇਗੀ, ਤੁਸੀਂ 11 ਮਾਰਚ ਨੂੰ ਜ਼ਰੂਰ ਦੇਖਣ ਜਾਓ ਪੂਰੇ ਪਰਿਵਾਰ ਦੇ ਨਾਲ, ਤੁਸੀਂ ਤੁਹਾਨੂੰ ਅੱਛਾ ਲੱਗੇਗਾ ਪਰਿਵਾਰ ਦੇ ਵਿੱਚ ਬੈਠ ਕੇ ਤੁਸੀਂ ਜਦੋਂ ਫਿਲਮ ਦੇਖੋਗੇ ਤੁਹਾਨੂੰ ਫੀਲ ਹੋਏਗਾ ਕਿ ਤੁਹਾਡੇ ਆਪਣੇ ਹੀ ਕਿਸੇ ਤੁਹਾਡੇ ਆਪਣੇ ਹੀ ਲੋਕਾਂ ਨੇ ਜਿਹੜੀ ਫਿਲਮ ਬਣਾਈ ਹੈ ਤੁਹਾਨੂੰ ਉਹ ਮਾਣ ਮਹਿਸੂਸ ਕਰਾਏਗੀ। ਸੋ ਹਰ ਇੱਕ ਨੂੰ ਆਪਣਾ ਆਪਣਾ ਲੱਗੂਗਾ, ਕੁਛ ਨਾ ਕੁਛ ਆਪਣਾਪਨ ਉਹਦੇ ਵਿੱਚ ਵੇਖਣ ਨੂੰ ਮਿਲੂਗਾ, ਸਿੱਖਣ ਨੂੰ ਮਿਲੂਗਾ, ਆਪਣੇ ਆਪ ਦੇ ਵਿੱਚ ਚੇਂਜ ਕਰਨ ਨੂੰ ਕੁਛ ਨਾ ਕੁਛ ਮਿਲੂਗਾ। ਜੀ ਜੀ, ਇਹ ਫਿਲਮ ਬੇਸਿਕਲੀ ਫਿਲਮ ਹੈ ਆਪਣੇ ਆਪ ਦੇ ਵਿੱਚ, ਨਾ ਕਿ ਗੱਲ ਕਰ ਰਹੇ ਸੀਗੇ ਕਿ ਸਿਰਫ
ਇਹੀ ਨਹੀਂ ਹੁੰਦਾ ਕਿ ਫਿਲਮ ਇਸ ਲਈ ਬਣਾਇਆ ਜਾਵੇ ਕਿ ਹਨਾ ਇਹਦੇ ਚੋਂ ਸਿਰਫ ਪੈਸਾ ਕਮਾਇਆ ਜਾਵੇ ਤੇ ਇਹ ਤੋਂ ਸਿਰਫ ਹਨਾ ਵਾਹ ਵਾਹ ਜੱਟੀ ਜਾਵੇ। ਫਿਲਮ ਜਦੋਂ ਕਿਸੇ ਨੂੰ ਕਿਸੇ ਲਈ ਇੱਕ ਕਿਸੇ ਲਈ ਕੁਛ ਵੀ ਕਰ ਗਈ ਤੇ ਸਾਡੀ ਬੜੀ ਵੱਡੀ ਜਿੱਤ ਆ। ਕੋਈ ਪਰਿਵਾਰ ਕੋਈ ਬੰਦਾ ਸਾਡੀ ਫਿਲਮ ਤੋਂ ਦੇਖ ਕੇ ਆਇਆ ਹੋ ਗਿਆ, ਕੋਈ ਜੁੜ ਗਿਆ, ਕੋਈ ਆਪਣੀ ਕੰਟਰੀ ਨਾਲ ਤੇ ਆਪਣੇ ਪਰਿਵਾਰ ਨਾਲ ਜਿਹੜਾ ਟੁੱਟਿਆ ਤੇ ਸਾਡੀ ਬਹੁਤ ਵੱਡੀ ਜਿੱਤ ਹੋਏਗੀ। ਤੇ ਸਾਡਾ ਮਕਸਦ ਤੇ ਤੁਹਾਨੂੰ ਜੋੜੇ ਰੱਖਣਾ ਆਪਣੀ ਕੰਟਰੀ ਨਾਲ, ਆਪਣੇ ਲੋਕਾਂ ਨਾਲ ਤੇ ਐਂਟਰਟੇਨ ਕਰਦੇ ਰਹਿਣਾ। ਅਸੀਂ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਐਂਟਰਟੇਨ ਵੀ ਕਰੀਏ, ਤੁਹਾਨੂੰ ਜੋੜੀਏ ਵੀ ਤੇ ਤੁਹਾਨੂੰ ਆਪਣੇ ਪੰਜਾਬ ਦੇ ਨਾਲ ਸਪੈਸ਼ਲੀ ਆਪਣੀ ਰੂਟਸ ਦੇ ਨਾਲ ਹੀ ਤੁਹਾਨੂੰ ਕਨੈਕਟ ਕਰਕੇ ਰੱਖੀਏ। ਸਾਡੀ ਇਹ ਕੋਸ਼ਿਸ਼ ਹੈ ਜੀ। ਵੇਖੋ ਜੀ, ਟ੍ਰੇਲਰ ਇਹ ਗੱਲ ਦੀ ਗਵਾਹੀ ਭਰ ਰਿਹਾ ਵਾ ਢਿੰਗਰਾ ਸਾਹਿਬ ਕਿ ਤੁਸੀਂ ਟ੍ਰੇਲਰ ਦਿਖਾਉਣ ਦੇ ਵਿੱਚ ਕਾਮਯਾਬ ਹੋ। ਹੁਣ ਇੰਨੀਆਂ ਵੱਡੀਆਂ ਆਸਾਂ ਨੇ ਇਸ ਫਿਲਮ ਤੋਂ ਤੇ ਸਾਡੀਆਂ ਵੀ ਇਹੀ ਆਸਾਂ ਨੇ, ਅਰਦਾਸਾਂ ਨੇ ਪਰਮਾਤਮਾ ਦੇ ਅੱਗੇ ਕਿ ਜਿਹੜੀ ਫਿਲਮ ਹੈ ਉਹਨਾਂ ਸਾਰੀਆਂ ਆਸਾਂ ਦੇ ਉੱਤੇ ਖਰੀ ਉਤਰੇ ਜੀ। ਕਿਉਂਕਿ ਬਹੁਤ ਤੁਸੀਂ ਹਾਊਸਫੁੱਲ ਹੋ ਸ਼ੋਅ ਜਿਹੜੇ ਆ ਵੇਖਣ ਜਾ ਰਹੇ ਹੋ ਆਸਟ੍ਰੇਲੀਆ ਦੇ ਵਿੱਚ। ਹੁਣ ਮੈਨੂੰ ਪਤਾ ਨਹੀਂ ਤੁਸੀਂ ਕੈਨੇਡਾ 'ਚ ਬਣਾਈ ਆ, ਉਹ ਤੁਹਾਡੀ ਜ਼ਿੰਮੇਵਾਰੀ ਆ, ਉਹ ਤਾਂ ਹਾਊਸਫੁੱਲ ਕਰਾਉਣਾ, ਪਰ ਇੱਥੇ ਲੋਕਾਂ ਦਾ ਇੰਨਾ ਕੁ ਪਿਆਰ ਆ ਜੀ, ਤੁਹਾਨੂੰ ਹਾਊਸਫੁੱਲ ਸ਼ੋਅ ਵੇਖਣ ਨੂੰ ਮਿਲਣਗੇ ਜੀ। ਸੋ ਜਾਂਦੇ ਜਾਂਦੇ ਢਿੰਗਰਾ ਸਾਹਿਬ, ਆਪਣੀ ਜਿਹੜੀ ਗੱਲਬਾਤ ਆਪਣੀ ਵੈਸੇ ਫਿਲਮ ਦੇ ਰਿਗਾਰਡਿੰਗ ਜਿਹੜੀ ਇੰਟਰਵਿਊ ਤੋਂ ਪਹਿਲਾਂ ਵੀ ਚੱਲ ਰਹੀ ਸੀ ਆਪਣੀ, ਅਕਸਰ ਵੇਖਿਆ ਜਾਂਦਾ ਕਿ ਫਿਲਮ ਦਾ ਟ੍ਰੇਲਰ ਕੁਛ ਹੋਰ ਹੁੰਦਾ ਵਾ, ਬਾਅਦ ਵਿੱਚ ਜਦੋਂ ਫਿਲਮ ਆਉਂਦੀ ਆ ਤੇ ਉਹ ਫਿਲਮ ਉਸ ਮਿਆਰ ਦੇ ਉੱਤੇ ਖਰੀ ਨਹੀਂ ਉਤਰਦੀ ਕਈ ਵਾਰੀ, ਯਾਨੀ ਕਿ ਟ੍ਰੇਲਰ ਦੇ ਵਿੱਚ ਵੱਧ ਚੜ੍ਹ ਕੇ ਵਿਖਾਇਆ ਜਾਂਦਾ, ਫਿਲਮ ਰਹਿ ਜਾਂਦੀ ਆ ਫੋਰ ਐਗਜ਼ਾਮਪਲ 30-40% ਉਹ ਟ੍ਰੇਲਰ ਦਾ। ਸੋ ਇਸ ਤੋਂ ਪਹਿਲਾਂ ਸਾਡੀ ਗੱਲਬਾਤ ਚੱਲ ਰਹੀ ਸੀ, ਤੁਸੀਂ ਉਹਦੇ ਬਾਰੇ ਦੱਸੋ, ਤੁਸੀਂ ਕੋਈ ਟ੍ਰੇਲਰ ਤੋਂ ਕਾਫੀ ਕੁਛ ਸ਼ੋਅ ਹੁੰਦਾ ਵਾ, ਫਿਲਮ ਦੇ ਵਿੱਚ ਉਹ ਜਿਹੜੀ ਪਰਸੈਂਟੇਜ ਆ ਉਹਨੂੰ ਕਿੱਥੇ ਜੇ ਠਹਿਰਾਓਗੇ? ਬੇਸਿਕਲੀ ਜਦੋਂ ਅਸੀਂ ਫਿਲਮ ਬਣਾ ਕੇ ਆ ਗਏ ਕੀਤਾ ਤੇ ਉਹਦਾ ਟ੍ਰੇਲਰ ਜਦੋਂ ਕੱਟਿਆ ਜੀ, ਤੇ ਮੈਨੂੰ ਖੁਦ ਪੈਂਦਾ ਕਿ ਜੋ ਫਿਲਮ ਦੇ ਵਿੱਚ ਜਿੰਨੀ ਹੋਰ ਵਧੀਆ ਗੱਲਾਂ ਨੇ, ਜਿੰਨੇ ਇਮੋਸ਼ਨਸ ਨੇ, ਜਿੰਨੀ ਕਾਮੇਡੀ ਆ, ਜਿੰਨਾ ਫਨ ਹੈ, ਜਿੰਨਾ ਐਂਟਰਟੇਨਮੈਂਟ ਆ, ਉਹ ਸ਼ਾਇਦ ਅਸੀਂ ਓਨਾ ਜ਼ਿਆਦਾ ਟ੍ਰੇਲਰ ਚ ਪਾ ਸਕੇ। ਮੈਂ ਲਾਸਟ ਮੂਮੈਂਟ ਤੱਕ ਅਸੀਂ ਸਾਰੀ ਟੀਮ ਨੇ ਕੋਸ਼ਿਸ਼ ਕੀਤੀ ਤੇ ਮੈਨੂੰ ਲੱਗਦਾ ਕਿ ਇਹ ਫਿਲਮ ਟ੍ਰੇਲਰ ਨਾਲੋਂ ਤੁਹਾਨੂੰ ਜ਼ਿਆਦਾ ਵਧੀਆ ਦਿਖਾਈ ਦੇਵੇਗੀ। ਬੜੀ ਵੱਡੀ ਚੀਜ਼ ਹੈ ਜੀ। ਸੋ ਜ਼ਿਆਦਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਹੁਣ ਤੁਹਾਡੇ ਕੋਲੋਂ ਆਪਾਂ ਲਵਾਂਗੇ ਇਜਾਜ਼ਤ ਤੇ ਫਿਰ ਦੁਬਾਰਾ ਤੁਹਾਡੇ ਨਾਲ ਗੱਲਾਂ ਬਾਤਾਂ ਜਿਹੜੀਆਂ ਨੇ ਲਵ ਪੰਜਾਬ ਦੀਆਂ ਸ਼ੁਰੂ ਹੋਣੀਆਂ, ਕਿਉਂਕਿ ਬਹੁਤ ਸਾਰੇ ਸਾਡੇ ਸਰੋਤੇ ਇਸ ਟਾਈਮ ਕਾਲ ਤੇ ਕਾਲ ਸਾਡੇ ਕੋਲ ਵੱਜ ਰਹੀ ਹੈ। ਸੋ ਵਾਰ ਵਾਰ ਸਾਰਿਆਂ ਦੇ ਮੈਸੇਜ ਆ ਰਹੇ ਨੇ ਗੱਲਬਾਤ ਕਰਨ ਦੇ ਲਈ ਲਵ ਪੰਜਾਬ ਬਾਰੇ, ਗਾਣੇ ਬਾਰੇ। ਸੋ ਸਰੋਤੇ ਆਪਣਿਆਂ ਨੂੰ ਥੋੜ੍ਹਾ ਜਿਹਾ ਆਪਾਂ ਟਾਈਮ ਦਿੰਦੇ ਹਾਂ ਇਸ ਕਾਲ ਤੋਂ ਬਾਅਦ 'ਚ, ਥੋੜ੍ਹਾ ਜਿਹਾ ਸਮਾਂ ਜਿਹੜਾ ਪ੍ਰੋਗਰਾਮ ਦੇ ਵਿੱਚ ਬਚਿਆ ਉਹ 'ਚ ਤੁਸੀਂ ਆਪਣੀਆਂ ਕਾਲਸ ਕਰਕੇ ਗਾਣੇ ਬਾਰੇ ਤੁਸੀਂ ਸਾਂਝ ਪਾ ਸਕਦੇ ਜੀ, ਕਿੱਦਾਂ ਦਾ ਲੱਗਾ ਗਾਣਾ, ਕਿੱਦਾਂ ਦੀ ਲੱਗੀ ਸਾਡੀ ਅੱਜ ਦੀ ਗੱਲਬਾਤ ਲਵ ਪੰਜਾਬ ਦੇ ਬਾਰੇ। ਸੋ ਢਿੰਗਰਾ ਸਾਹਿਬ, ਜਾਂਦੇ ਜਾਂਦੇ ਤੁਸੀਂ ਆਪਣੇ ਵੱਲੋਂ ਸਰੋਤਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋ? ਜੀ, ਸਭ ਤੋਂ ਪਹਿਲਾਂ ਤਾਂ ਇਹੀ ਸੰਦੇਸ਼ ਹੈ ਕਿ ਆਪਣੇ ਲੋਕਾਂ ਨਾਲ ਆਪਣੇ ਆਪ ਜੋ ਆਪਣਾ ਰੰਗ ਪਛਾਣੋ, ਆਪਣਾ ਸਾਡੇ ਬਜ਼ੁਰਗ ਵੀ ਬਾਬੇ ਵੀ ਕਹਿ ਗਏ ਕਿ ਆਪਣਾ ਮੂਲ ਪਛਾਣ, ਆਪਣਾ ਰੰਗ, ਆਪਣਾ ਕਲਰ, ਆਪਣੀ ਕੰਟਰੀ, ਆਪਣੀ ਕੁਆਲਿਟੀ ਪਹਿਚਾਣੋ। ਹਰ ਫੁੱਲ ਦੀ ਇੱਕ ਆਪਣੀ ਖੁਸ਼ਬੂ ਹੈ, ਹਰ ਫੁੱਲ ਦਾ ਆਪਣਾ ਰੰਗ ਹੈ, ਤੇ ਆਪਣੇ ਰੰਗ, ਆਪਣੇ ਲੋਕਾਂ, ਆਪਣੇ ਪਿਆਰ ਨੂੰ ਪਛਾਣੋ, ਆਪਣਾ ਮੂਲ ਪਛਾਣੋ, ਤੁਸੀਂ ਬਹੁਤ ਤਰੱਕੀ ਕਰੋਗੇ। ਤੁਸੀਂ ਸਾਡੀ ਕੌਮ ਨੇ ਸ਼ੁਰੂ ਤੋਂ ਹੀ ਮਾਈਲਸਟੋਨ ਬਣਾਉਂਦੀਆਂ ਆਈਆਂ ਜੀ, ਮੱਲਾਂ ਮਾਰਦੀਆਂ ਆਈਆਂ ਨੇ, ਕੁਛ ਕਰਕੇ ਦਿਖਾਇਆ ਲੋਕਾਂ ਦੀਆਂ ਪਰਸੈਪਸ਼ਨਾਂ ਕਰਕੇ, ਕੁਛ ਕਰਕੇ ਦਿਖਾਇਆ। ਤੇ ਸਾਡੇ ਜਿੰਨੇ ਵੀ ਸਟੂਡੈਂਟ ਵੀਰ, ਡਰਾਈਵਰ ਵੀਰ, ਜਿੰਨੇ ਪਰਿਵਾਰ, ਜਿੰਨੇ ਵੀ ਇੱਥੇ ਨੇ, ਸਾਰੇ ਜਣੇ ਲੱਗ ਕੇ ਆਪਾਂ ਨਾਂ ਰੋਸ਼ਨ ਕਰ ਰਹੇ ਹਾਂ ਤੇ ਕਰਦੇ ਰਹਿਣਾ। ਤੇ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। 11 ਮਾਰਚ ਤੁਸੀਂ ਜ਼ਰੂਰ ਦੇਖਣ ਪਹੁੰਚਣਾ ਲਵ ਪੰਜਾਬ, ਤੇ ਅਸੀਂ ਸਾਰੀ ਟੀਮ ਆਸਟ੍ਰੇਲੀਆ ਦੇ ਤੇ ਰੇਡੀਓ ਹਾਂਜੀ ਦੇ ਬਹੁਤ ਜ਼ਿਆਦਾ ਤਹਿ ਦਿਲੀ ਸ਼ੁਕਰਗੁਜ਼ਾਰ ਹੈ ਕਿ ਸਾਨੂੰ ਰਣਜੋਤ ਜੀ ਨੇ, ਸੋਢੀ ਸਾਹਿਬ ਨੇ ਸਾਨੂੰ ਤੁਹਾਡੇ ਨਾਲ ਜੋੜਿਆ, ਆਸਟ੍ਰੇਲੀਆ ਵਾਲੇ ਦੇ ਨਾਲ ਜੋੜ ਰਹੇ ਨੇ। ਥੈਂਕ ਯੂ ਸਰੋਤਿਆਂ ਨਾਲ ਗੱਲਬਾਤ ਕੀਤੀ ਤੇ ਇੰਨੀ ਵਧੀਆ ਫਿਲਮ ਤੁਸੀਂ ਲੈ ਕੇ ਆ ਰਹੇ ਜੇ, ਇੰਨਾ ਕੁਛ ਸਿੱਖਣ ਸਿਖਾਉਣ ਵਾਲਾ, ਕਿਉਂਕਿ ਮੈਸੇਜ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਬਹੁਤ ਘੱਟਦੀ ਜਾ ਰਹੀ ਹੈ। ਸੋ ਲੋੜ ਆ ਇਹਨਾਂ ਚੀਜ਼ਾਂ ਦੀ। ਸ਼ੁਭੇਸ਼ਾਵਾਂ ਨੇ ਤੁਹਾਨੂੰ ਇਸ ਪ੍ਰੋਜੈਕਟ ਦੇ ਲਈ ਤੇ ਆਉਣ ਵਾਲੇ ਪ੍ਰੋਜੈਕਟਸ ਦੇ ਲਈ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਮਚ ਜੀ।